ਕਪਤਾ ਸਿੰਘ ਹਾਜ਼ਰ ਜੀ ਤੇ ਸਾਡੇ ਆਸ ਸਟੱਡੀ ਵਿਜ਼ਾ ਐਕਸਪਰਟ ਵੀ ਸਾਡੇ ਨਾਲ ਮੌਜੂਦ ਨੇ ਤੇ ਸਾਡੇ ਦਰਸ਼ਕ ਜੀ ਬਿਨਾਂ ਦੇਰੀ ਦੇ ਆਪਣੇ ਸਵਾਲ ਸਾਂਝੇ ਕਰਨ ਦਾ ਮੌਕਾ ਤੁਹਾਨੂੰ ਲਾਈਵ ਪ੍ਰੋਗਰਾਮ ਦੇ ਵਿੱਚ ਅਸੀਂ ਦੇ ਰਹੇ ਹਾਂ ਜੀ ਤੇ ਬੇਨਤੀ ਜੀ ਆਪਣੇ ਟੀਵੀ ਦੀ ਆਵਾਜ਼ ਨੂੰ ਹੌਲੀ ਰੱਖਿਆ ਕਰੋ ਖਾਸ ਤੌਰ ਤੇ ਜਦੋਂ ਤੁਸੀਂ ਇੱਥੇ ਫੋਨ ਮਿਲਾਉਂਦੇ ਹੋ ਆਪਣਾ ਸਵਾਲ ਜਲਦੀ ਦੇ ਨਾਲ ਦੱਸਿਆ ਕਰੋ ਆਪਣਾ ਨਾਮ ਤੇ ਆਇਲਸ ਦੇ ਵਿੱਚ ਸਕੋਰ ਕਿੰਨਾ ਕਿੰਨੀ ਪੜ੍ਹਾਈ ਕੀਤੀ ਹੈ ਪਹਿਲਾਂ ਕਦੇ ਅਪਲਾਈ ਕੀਤਾ ਸੀ ਤੁਸੀਂ ਵਿਦੇਸ਼ ਦੇ ਵਾਸਤੇ ਤੁਹਾਡੀ ਰਿਫਿਊਜ਼ਲ ਆ ਗਈ ਹੈ ਕਿਸੇ ਵੀ ਕਾਰਨ ਦੇ ਕਰਕੇ ਤੁਹਾਨੂੰ ਦੁਬਾਰਾ ਮੌਕਾ ਮਿਲੇਗਾ ਜਾਂ ਨਹੀਂ ਮਿਲੇਗਾ ਸਾਡੇ ਐਕਸਪਰਟ ਦੀ رائے ਜੀ ਜੋ ਤੁਹਾਡੇ ਕਾਫੀ ਕੰਮ ਆ ਸਕਦੀ ਹੈ ਤੇ ਆਇਲਸ ਗਲੋਬਲ ਕੰਸਲਟੈਂਸੀ ਤੋਂ ਹਮੇਸ਼ਾ ਦੀ ਤਰ੍ਹਾਂ ਜੀ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਮੇਰੀ ਸਮੁੱਚੀ ਟੀਮ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਨੰਬਰ ਤੁਹਾਡੀ ਸਕਰੀਨ ਤੇ ਫਲੈਸ਼ ਹੋਣਾ ਸ਼ੁਰੂ ਹੋ ਚੁੱਕਾ ਜੀ 70509 70509 ਸੋ ਇਸ ਨੰਬਰ ਤੇ ਆਪਣੇ ਵਿਦੇਸ਼ ਜਾਣ ਦੇ ਸੁਪਨੇ ਨੂੰ ਪੂਰਾ ਕੀਤਾ ਜਾ ਸਕਦਾ ਚਾਹੇ ਤੁਸੀਂ ਯੂਕੇ ਪੜ੍ਹਨ ਜਾਣਾ ਚਾਹੇ ਸਪਾਊਸ ਦੇ ਨਾਲ ਜਾਣਾ ਚਾਹੇ ਬਿਨਾਂ ਆਇਲਸ ਤੋਂ ਤੁਸੀਂ ਕਿਵੇਂ ਯੂਕੇ ਸਪਾਊਸ ਦੇ ਨਾਲ ਬੱਚਿਆਂ ਦੇ ਨਾਲ ਜਾ ਸਕਦੇ ਹੋ ਕਿਹੜਾ ਇਨਟੇਕ ਅਵੇਲੇਬਲ ਹੈ ਕੈਨੇਡਾ ਇੱਕ ਵਾਰ ਰਿਫਿਊਜ਼ ਹੋ ਚੁੱਕਾ ਜਾਂ ਦੋ ਵਾਰ ਰਿਫਿਊਜ਼ ਹੋ ਚੁੱਕਾ ਕਿਉਂ ਰਿਫਿਊਜ਼ਲ ਆ ਰਹੀ ਹੈ ਕੈਨੇਡਾ ਦੀ ਉਸ ਰਿਫਿਊਜ਼ਲ ਦਾ ਅੱਗੇ ਹੱਲ ਕੀ ਹੈ ਉਹਦੇ ਬਾਰੇ ਗੱਲ ਕਰਾਂਗੇ ਨਾਂ ਦੀ ਨਾਲ ਗੱਲ ਕਰਾਂਗੇ ਆਸਟ੍ਰੇਲੀਆ ਬਾਰੇ ਅਤੇ ਉਹਨਾਂ ਬੱਚਿਆਂ ਬਾਰੇ ਜਿਨ੍ਹਾਂ ਦੀ ਪੜ੍ਹਾਈ 'ਚ 10 ਸਾਲ ਦਾ ਗੈਪ ਹੈ ਉਹ ਅੱਜ ਵੀ ਕੈਨੇਡਾ ਅਮਰੀਕਾ ਆਸਟ੍ਰੇਲੀਆ ਵਰਕ ਪਰਮਿਟ ਤੇ ਜਾਣਾ ਚਾਹੁੰਦੇ ਨੇ ਪਰ ਸਹੀ ਰਾਹ ਨਹੀਂ ਮਿਲ ਰਿਹਾ ਬਿਨਾਂ ਆਇਲਸ ਤੋਂ 10 ਸਾਲ ਦੀ ਪੜ੍ਹਾਈ ਨਾਲ ਕਿਹੜੀ ਇਹੋ ਜਿਹੀ ਆਪਸ਼ਨ ਹੈ ਜੋ ਤੁਹਾਨੂੰ ਕੈਨੇਡਾ ਜਾਂ ਅਮਰੀਕਾ ਵਰਕ ਪਰਮਿਟ ਤੇ ਪਹੁੰਚਾ ਸਕਦੀ ਹੈ ਸੋ ਇਸ ਸ਼ੋਅ ਨਾਲ ਜੁੜੇ ਰਹੋ ਇਹ ਸ਼ੋਅ ਜਦੋਂ ਕੱਲ੍ਹ ਨੂੰ ਤੁਸੀਂ ਸਾਡੇ ਯੂਟਿਊਬ ਚੈਨਲ ਤੇ ਜਾਂ ਫੇਸਬੁੱਕ ਪੇਜ ਤੇ ਦੇਖ ਲਓਗੇ ਇਹਨੂੰ ਆਪਣੇ ਦੋਸਤਾਂ ਤੱਕ ਭੈਣਾਂ ਭਰਾਵਾਂ ਤੱਕ ਸ਼ੇਅਰ ਜ਼ਰੂਰ ਕਰ ਦੇਣਾ ਤਾਂ ਕਿ ਉਹਨਾਂ ਤੱਕ ਇੱਕ ਚੰਗੀ ਇਨਫੋਰਮੇਸ਼ਨ ਪਹੁੰਚ ਸਕੇ ਤੇ ਆਪਣੀ ਜ਼ਿੰਦਗੀ ਦਾ ਇੱਕ ਸਹੀ ਫੈਸਲਾ ਲੈ ਸਕਣ ਜੀ ਤੇ ਸਾਡੇ ਸਭ ਤੋਂ ਫਰਸਟ ਕਾਲਰ ਵੀ ਸਾਡੇ ਨਾਲ ਜੀ ਇਸ ਵੇਲੇ ਹਲੋ ਸਤਿ ਸ਼੍ਰੀ ਅਕਾਲ ਜੀ ਸਵਾਲ ਦੱਸੋ ਆਪਣਾ ਕਾਲੇ ਕਿਹੜਾ ਤੁਹਾਡਾ ਡੀਅਰ ਹਾਂਜੀ ਹਾਂਜੀ ਸਰ ਵੀਜ਼ਾ ਵੀ ਆਇਆ ਤੇ ਹੁਣ ਸਾਰਾ ਹੁਣ ਰੱਬ ਨਹੀਂ ਆਂਦਿਆ ਬੰਦ ਕਰਦਾ ਸਾਰਾ ਕੁਝ ਤੇ ਫਿਰ ਹੁਣ ਕੀ ਬਣੂਗਾ ਸਰ ਕੀ ਕਰ ਦਿੱਤਾ ਮੈਂ ਫਲਾਈਟਾਂ ਬੰਦ ਹੋ ਗਈਆਂ ਸਾਰਾ ਕੁਝ ਜਾਣਾ ਅੱਛਾ ਫਲਾਈਟਸ ਬੰਦ ਹੋ ਗਈਆਂ ਕੋਰੋਨਾ ਵਾਇਰਸ ਕਰਕੇ ਨਹੀਂ ਬੰਦ ਨਹੀਂ ਹੋਈਆਂ ਬ੍ਰਦਰ ਕਾਫੀ ਫਲਾਈਟਸ ਕੈਨਸਲ ਹੋਈਆਂ ਨੇ ਇਹ ਨਹੀਂ ਕਿ ਸਾਰੀਆਂ ਬੰਦ ਕਰਤੀਆਂ ਨੇ ਤੁਹਾਡਾ ਵੀਜ਼ਾ ਅਗਰ ਆ ਚੁੱਕਾ ਤਾਂ ਬੇਸ਼ੱਕ ਤੁਸੀਂ ਐਕਸਟੈਂਸ਼ਨ ਵੀ ਲਗਾ ਲੈ ਤੁਹਾਡਾ ਕਾਲਜ ਕਿਹੜਾ ਮੌਂਟਰੀਅਲ ਤੇ ਕੈਨੇਡਾ ਕਾਲਜ ਕੋਈ ਹੋਰ ਕਾਲਜ ਆ ਨਹੀਂ ਮੈਟ੍ਰਿਕਸ ਓਕੇ ਤੁਹਾਡੇ ਕੋਲ ਐਕਸਟੈਂਸ਼ਨ ਨੈਟ ਹੈਗੀ ਮੈਟ੍ਰਿਕਸ ਕਾਲਜ ਦੀ ਨਹੀਂ ਸਰ ਹੁਣ ਉਹ ਵੀ ਹੈ ਨਾ ਵੀ ਜੇ ਨਾ ਜਾਏਗਾ ਫਿਰ ਆਪਾਂ ਫਿਰ ਕਲਾਸ ਸਟਾਰਟ ਆ ਬੇਸ ਹੋਣ ਤੇ ਨਹੀਂ ਬਟ ਇਦਾਂ ਦੀ ਗਲਤ ਨਹੀਂ ਕਿ ਬਿਲਕੁਲ ਫਲਾਈਟ ਸਾਰੀਆਂ ਬੰਦ ਨੇ ਯਾਰ ਯੈਸ ਥੋੜੀਆਂ ਫਲਾਈਟਸ ਮਹਿੰਗੀਆਂ ਹੋ ਚੁੱਕੀਆਂ ਹੋਣਗੀਆਂ ਕੁਝ ਫਲਾਈਟਸ ਕੈਨਸਲ ਕੀਤੀਆਂ ਨੇ ਬਟ ਇਹ ਨਹੀਂ ਕਿ ਫਲਾਈਟ ਸਾਰੀਆਂ ਬੰਦ ਨੇ ਦੋਸਤ ਤੁਸੀਂ ਕਿਸੇ ਰੂਟ ਥੋੜੇ ਚੇਂਜ ਕੀਤੇ ਗਏ ਨੇ ਜਿਹੜੀਆਂ ਚਾਈਨਾ ਵਾਲੇ ਪਾਸੇ ਜਾਂ ਜਿਹੜੀਆਂ ਹੋਰ ਜਾਂਦੀਆਂ ਸੀ ਗਲਫ ਕੰਟਰੀ ਚ ਹਾਂ ਆ ਗਿਆ ਜਵਾਬ ਨਾ ਇੱਕ ਦੋ ਦਿਨ ਚ ਹੋ ਜਾਣਗੇ ਐਨੀਵੇਜ਼ ਕੋਈ ਦਿੱਕਤ ਨਹੀਂ ਤੁਸੀਂ ਆਪਣੀ ਐਕਸਟੈਂਸ਼ਨ ਲਗਾ ਸਕਦੇ ਕਿਉਂਕਿ ਜੋ ਜਿਹੜੀ ਪ੍ਰੋਬਲਮ ਆਈ ਹੈ ਇਹ ਪੂਰੇ ਦੁਨੀਆ ਭਰ ਵਿੱਚ ਹੈ ਸੋ ਇਹ ਤੋਂ ਕੈਨੇਡਾ ਦੇ ਜਿਹੜਾ ਮੈਟ੍ਰਿਕਸ ਕਾਲਜ ਵੀ ਅਵੇਅਰ ਆ ਤੁਸੀਂ ਵੀ ਅਵੇਅਰ ਹੋ ਅੰਬੈਸੀ ਵੀ ਅਵੇਅਰ ਨੇ ਸੋ ਕੋਈ ਵਰੀ ਵਾਲੀ ਗੱਲ ਨਹੀਂ ਜੇ ਕੋਈ ਇਦਾਂ ਦੀ ਪ੍ਰੋਬਲਮ ਆ ਰਹੀ ਤੁਸੀਂ ਆਪਣੇ ਏਜੰਟ ਨਾਲ ਗੱਲ ਕਰਕੇ ਆਪਣੀ ਕਾਲਜ ਦੀ ਐਕਸਟੈਂਸ਼ਨ ਲੈਟਰ 15 ਦਿਨ ਦੀ ਵੀਜ਼ਾ ਨਾਲ ਲੈ ਕੇ ਜਾ ਸਕਦੇ ਹੋ ਜੀ ਸੋ ਹੁਣ ਫਿਲਹਾਲ ਜੀ ਜਿਨ੍ਹਾਂ ਨੇ ਹਜੇ ਅਪਲਾਈ ਕਰਨਾ ਹੈ ਉਹ ਵੀ ਜ਼ਰੂਰ ਕਾਲ ਕਰੋ 12ਵੀਂ ਦੇ ਹੁਣ ਐਗਜ਼ਾਮ ਕਰੋਨਾ ਵਾਇਰਸ ਦੇ ਕਰਕੇ ਕਵਿਤਾ ਜੀ ਚਲੋ ਸਿਰਫ ਇੱਕ ਚਾਈਨਾ ਦੇ ਨਾਲ ਸਿਰਫ ਆਸਟ੍ਰੇਲੀਆ ਨੇ ਵੀਜ਼ੇ ਦੇਣੇ ਬੰਦ ਨਹੀਂ ਕੀਤੇ ਜਾਂ ਕੈਨੇਡਾ ਨਹੀਂ ਪੂਰੀ ਦੁਨੀਆ ਦੇ ਵਿੱਚ ਇੰਡਸਟਰੀ 'ਚ ਬੜਾ ਫਰਕ ਪੈ ਰਿਹਾ ਅੱਜ ਇੰਡੀਆ ਦੀ ਗੱਲ ਕਰਾਂ ਮਾਰਕੀਟ ਦੇ ਵਿੱਚ ਤਕਰੀਬਨ 80% ਜਿਹੜਾ ਸਮਾਨ ਹੈ ਉਹ ਚਾਈਨੀਜ਼ ਮਤਲਬ ਉਗਵਾਉਂਦੀਆਂ ਬਿਲਕੁਲ ਚਾਹੇ ਹੁਣ ਆਪਾਂ ਹੋਲੀ ਦੀ ਗੱਲ ਕਰੀਏ ਲੰਘ ਕੇ ਗਿਆ ਤਿਉਹਾਰ ਬੜਾ ਫਿੱਕਾ ਰਹਿ ਗਿਆ ਵਿਚਾਰੇ ਦੁਕਾਨਦਾਰ ਵੀ ਅੱਜ ਵੀ ਘਾਟੇ 'ਚ ਮਾਰੇ ਸੋ ਇਹ ਜਿਹੜਾ ਵਾਇਰਸ ਦਾ ਵਾਰ ਆ ਪੂਰੀ ਦੁਨੀਆ 'ਚ ਪਿਆ ਸੋ ਇਹਦੇ ਕਰਕੇ ਕਿਸੇ ਇੱਕ ਦੇ ਬੱਚੇ ਘਬਰਾਉਣ ਦੀ ਲੋੜ ਨਹੀਂ ਐਂਡ ਇਸ ਕੋਰੋਨਾ ਵਾਇਰਸ ਦੇ ਕਰਕੇ ਕੈਨੇਡੀਅਨ ਔਰ ਆਸਟ੍ਰੇਲੀਅਨ ਵੀਜ਼ਿਆਂ ਦੇ ਉੱਤੇ ਕੀ ਮਾਰ ਪਈ ਹੈ ਕਿਉਂ ਕੈਨੇਡਾ ਦੇ ਬੱਚੇ ਰਿਫਿਊਜ਼ ਹੋ ਰਹੇ ਆ ਉਹ ਵੀ ਅਸੀਂ ਅਗਲੇ ਸਵਾਲ ਤੋਂ ਬਾਅਦ ਗੱਲ ਕਰਾਂਗੇ ਹੈਲੋ ਸਤਿ ਸ਼੍ਰੀ ਅਕਾਲ ਜੀ ਸਵਾਲ ਦੱਸੋ ਆਪਣਾ ਮੈਡਮ ਸਾਡੇ ਬੇਟੇ ਨੇ 2019 ਵਿੱਚ ਪਲੱਸ 2 ਕੀਤੀ ਹੈ ਜੀ ਜੀ ਮੈਡਮ ਠੀਕ ਹੈ ਕਿਤੇ ਉਹਦੇ ਰਿਫਿਊਜ਼ਲ ਆ ਗਈ ਮੈਡਮ ਉਹਦੇ ਓਵਰਆਲ 6 ਬੈਂਡ ਸੀ ਇੱਕ ਚੋਂ 5.5 ਸੀ ਤੇ ਤਿੰਨਾਂ ਵਿੱਚੋਂ 6 ਸੀ ਔਰ ਕਿਹੜੇ ਕਾਲਜ ਵਿੱਚ ਅਪਲਾਈ ਕੀਤਾ ਸੀ ਔਰ ਕਿਹੜੇ ਕੋਰਸ ਵਿੱਚ ਅਪਲਾਈ ਕੀਤਾ ਸੀ ਫਿਰ ਮੈਨੂੰ ਕੋਰਸ ਬਾਰੇ ਪੂਰੀ ਡਿਟੇਲ ਦੇ ਦਿਓ ਤਾਂ ਹੀ ਦੱਸ ਬਟ ਐਨੀਵੇਜ਼ ਜੇ ਤੁਹਾਡਾ ਸਵਾਲ ਇਹ ਹੈ ਕਿ ਦੁਬਾਰਾ ਅਪਲਾਈ ਕਰ ਸਕਦੇ ਹੋ ਕਿ ਨਹੀਂ ਡੈਫੀਨਿਟਲੀ ਯੈਸ ਦੁਬਾਰਾ ਅਪਲਾਈ ਕਰ ਸਕਦੇ ਹੋ ਮੈਂ ਤੁਹਾਡੀ ਗੱਲ ਸਮਝ ਗਿਆ ਜੀ ਨੰਬਰ 80% ਸੀ ਪਰ ਤੁਹਾਨੂੰ ਕੋਰਸ ਦਾ ਨਹੀਂ ਨਾ ਪਤਾ ਸੋ ਕੋਈ ਨਾ ਕੋਈ ਗਲਤੀ ਜ਼ਰੂਰ ਰਹੀ ਹੈ
ਉਹ ਗਲਤੀ ਨੂੰ ਦੂਰ ਕਰਕੇ ਫਿਰ ਵੀਜ਼ਾ ਅਪਲਾਈ ਕੀਤਾ ਜਾ ਸਕਦਾ। ਬਹੁਤ ਸਾਰੇ ਇਹੋ ਜਿਹੇ ਕੇਸਿਸ ਵੀ ਨੇ, ਮੈਂ ਆਪਦੀ ਗੱਲ ਵੀ ਕਰ ਦਿੰਦਾ, ਸਿਰਫ ਇੱਕ ਮੋਡਿਊਲ 'ਚੋਂ 5.5 ਹੀ ਨਹੀਂ, ਜਿਨ੍ਹਾਂ ਬੱਚਿਆਂ ਦੇ ਓਵਰਆਲ 6.5 ਬੈਂਡ ਸੀ, 6 ਈਚ ਸੀ, SGS ਕੈਟਾਗਰੀ ਦਾ ਬੱਚਾ ਸੀ, ਉਹਦੇ ਵੀਜ਼ੇ ਵੀ ਰਿਫਿਊਜ਼ ਹੋਏ ਆ। ਸਾਡੇ ਆਪਣੇ ਫੈਮਿਲੀ ਮੈਂਬਰ ਦੇ, ਚਲੋ ਬੱਚੇ ਦਾ ਨਾਮ ਇਸ ਮੰਚ ਨੇ ਕੀ ਦੱਸਣਾ, ਸਾਡੇ ਆਪਣੇ ਫੈਮਿਲੀ ਮੈਂਬਰ ਨੇ, ਮਤਲਬ DSP ਰੈਂਕ ਦੇ ਆਫਿਸਰ ਨੇ, ਉਹਨਾਂ ਨੇ ਬੱਚੇ ਦਾ ਵੀਜ਼ਾ ਅਪਲਾਈ ਕੀਤਾ, ਸਾਡੇ ਕੋਲੋਂ ਖੁਦ ਕੋ ਵੀਜ਼ਾ ਰਿਫਿਊਜ਼ ਹੋਇਆ, ਬੱਚੇ ਦਾ ਕੇਸ SGS ਕੈਟਾਗਰੀ ਦਾ ਸੀਗਾ, ਦੂਜੀ ਵਾਰ ਵੀਜ਼ਾ ਅਪਲਾਈ ਕੀਤਾ, ਦੂਜੀ ਵਾਰ ਵੀ ਰਿਫਿਊਜ਼ਲ ਆਈ ਹੈ। ਸੋ ਇਹਦੇ 'ਚ ਇਹ ਨਹੀਂ ਗਾ ਕਿ ਕੋਈ ਗਲਤੀ ਹੈ ਤਾਂ ਕਰਕੇ ਵੀਜ਼ਾ ਰਿਫਿਊਜ਼ ਹੋ ਰਿਹਾ, ਤੁਹਾਡਾ ਕੋਰਸ ਰੈਲੀਵੈਂਟ ਹੈ, ਤੁਹਾਡਾ ਕਾਲਜ ਠੀਕ ਹੈ, ਤੁਹਾਡੇ ਬੈਂਡ ਪੂਰੇ ਨੇ, ਤੁਹਾਡੇ ਨੰਬਰ ਪੂਰੇ ਨੇ, ਫਿਰ ਵੀ ਰਿਜੈਕਸ਼ਨ ਆ ਰਹੀਆਂ ਨੇ, ਬਟ ਘਬਰਾਉਣ ਦੀ ਕੋਈ ਲੋੜ ਨਹੀਂ। ਦੁਬਾਰਾ ਫਿਰ ਅਸੀਂ ਜਿਹੜੇ ਜੁਲਾਈ ਇਨਟੇਕ 'ਚ ਜਿਹੜੇ ਵੀਜ਼ੇ ਅਪਲਾਈ ਕਰਕੇ 15 ਅਪ੍ਰੈਲ ਤੋਂ ਬਾਅਦ ਫਾਈਲਾਂ ਪਾਓ ਤੇ ਵੀਜ਼ੇ ਫਿਰ ਸਭ ਦੇ ਆ ਜਾਣਗੇ। ਜੀ ਹੈਲੋ, ਹੈਲੋ ਜੀ ਜੀ ਸਰ, ਜਲਦੀ ਨਾਲ ਸਵਾਲ ਪੁੱਛੋ ਆਪਣਾ। ਨਾਮ ਕੀ ਹੈ ਸਟੂਡੈਂਟ ਦਾ? ਬਿਲਕੁਲ ਦਕਸ਼ ਭਾਟੀਆ ਜੀ, ਦੋ ਵਾਰ ਤੁਹਾਡਾ ਰਿਫਿਊਜ਼ ਹੋਇਆ ਸੀ, ਮੈਂ ਹੁਣੇ ਦੱਸ ਕੇ ਹਟਿਆ। ਤੁਹਾਡੇ ਤੋਂ ਇਲਾਵਾ ਹੋਰ ਵੀ ਕਈ ਇਹੋ ਜਿਹੇ ਬੱਚੇ ਨੇ ਜਿਨ੍ਹਾਂ ਦੇ ਵੀਜ਼ੇ ਰਿਫਿਊਜ਼ ਹੋ ਰਹੇ ਨੇ, ਇਹ ਕੇਵਲ RS ਗੋਬਲ ਦੇ ਕੋਲੋਂ ਨਹੀਂ, ਮੇਰੇ ਦੋਸਤ ਸਾਰਿਆਂ ਕੋਲੋਂ ਵੀਜ਼ੇ ਰਿਫਿਊਜ਼ ਹੋ ਰਹੇ ਆ। ਤੋ ਤੁਸੀਂ ਤਾਂ ਫੈਸਲਾ ਵੀ ਸਾਨੂੰ ਕੋਈ ਨਹੀਂ ਦਿੱਤਾ ਸੀ, ਤੁਹਾਡੀ ਤੇ ਅਸੀਂ ਫੀਸ ਵੀ ਵੀਜ਼ਾ ਲੱਗਣ ਤੋਂ ਬਾਅਦ ਲੈਣ ਦੀ ਤੁਹਾਨੂੰ ਆਪਸ਼ਨ ਦਿੱਤੀ ਸੀ, ਬਟ ਐਨੀਵੇਜ਼ ਜੇ ਕੋਈ ਬੱਚਾ ਦੋ ਵਾਰ ਰਿਫਿਊਜ਼ ਹੋ ਗਿਆ, ਤਿੰਨ ਵਾਰ ਰਿਫਿਊਜ਼ ਹੋ ਗਿਆ, ਚਾਹੇ 20 ਵਾਰ ਰਿਫਿਊਜ਼ ਹੋ ਗਿਆ ਹੋਵੇ, ਦੁਬਾਰਾ ਫਿਰ ਰੀਅਪਲਾਈ ਕੀਤਾ ਜਾ ਸਕਦਾ। ਫੋਨ ਕੱਟਿਆ ਗਿਆ ਦਕਸ਼ ਭਾਟੀਆ, ਮੈਂ ਫਿਰ ਤੁਹਾਨੂੰ ਇੱਕ ਸੰਬੋਧਨ ਕਰਕੇ ਦੱਸ ਦਿੰਦਾ, ਜਿਹੜੇ ਵੀ ਬੱਚੇ ਸਾਡੇ ਕੋਲੋਂ ਰਿਫਿਊਜ਼ ਹੋਏ ਆ ਜਾਂ ਕਿਸੇ ਹੋਰ ਤੋਂ ਰਿਫਿਊਜ਼ ਹੋਏ ਆ, ਦੁਬਾਰਾ ਫਿਰ ਰੀਅਪਲਾਈ ਕੀਤਾ ਜਾ ਸਕਦਾ। ਰਿਫਿਊਜ਼ਲ ਉਸ ਰਿਫਿਊਜ਼ਲ ਦਾ ਪੰਗਾ ਹੈ, ਉਸ ਰਿਫਿਊਜ਼ਲ ਦੀ ਦਿੱਕਤ ਹੈ ਜਿਹੜੀ ਕਿਸੇ ਫੇਕ ਡਾਕੂਮੈਂਟ ਲਾਉਣ ਕਰਕੇ ਜਾਂ ਅੰਬੈਸੀ ਨਾਲ ਕੋਈ ਫੈਕਟ ਲੁਕਾਉਣ ਕਰਕੇ, ਝੂਠ ਬੋਲਣ ਕਰਕੇ ਹੀ ਹੋਵੇ। ਨਹੀਂ ਰਾਹੀ ਸਾਹਿਬ, ਫਿਰ 100% ਸਕਸੈਸ ਰੇਟ ਕਿੱਥੇ ਹੈਗਾ ਨਾ? 100% ਤਾਂ ਸਾਡਾ ਵੀ ਨਹੀਂ ਪਤਾ ਕਿ ਅਗਲੇ ਵੀਰਵਾਰ ਆਪਾਂ ਇੱਥੇ ਬੈਠ ਕੇ ਲਾਈਵ ਕਰਾਂਗੇ, ਜਦੋਂ ਜ਼ਿੰਦਗੀ ਦਾ ਭਰੋਸਾ ਨਹੀਂ, ਬੰਦੇ ਦਾ ਭਰੋਸਾ ਨਹੀਂ, ਤਾਂ ਫਿਰ ਵੀਜ਼ਾ ਕਿੱਥੇ ਭਰੋਸਾ? ਮੈਂ ਅੱਗੇ ਵੀ ਇੱਕ ਮੰਚ ਤੇ ਬੋਲਿਆ ਸੀ ਅੱਜ ਤੋਂ 3-4 ਸਾਲ ਪਹਿਲਾਂ ਕਿ ਗਰੰਟੀ, ਜਿਹੜਾ ਵਰਡ ਨਾ ਬੱਚੇ ਕਹਿੰਦੇ ਸਰ ਵੀਜ਼ੇ ਦੀ ਗਰੰਟੀ ਆ, ਮੈਂ ਕਹਿੰਦਾ ਵੀ ਵੀਜ਼ੇ ਦੀ ਗਰੰਟੀ ਕਾਕਾ ਦੋ ਬੰਦੇ ਦੇ ਸਕਦੇ ਆ, ਇੱਕ ਗੋਡ, ਦੂਜਾ ਫਰੋਡ। ਤੇ ਨਾ ਤਾਂ ਮੈਂ ਗੋਡ ਆ ਨਾ ਮੈਂ ਫਰੋਡ ਆ, ਮੈਂ ਜਾ ਕੇ ਕੰਸਲਟੈਂਟ ਆ, ਆਪਦੇ ਤਜਰਬੇ ਤੁਹਾਡੀ ਫਾਈਲ ਭਰਨੀ ਆ, ਤੁਹਾਡੀ ਫਾਈਲ ਦੇ ਉੱਤੇ ਮੇਰੀ ਮਿਹਨਤ ਦਾ ਮੁੱਲ ਮਿਲਿਆ ਤਾਂ ਮੈਂ ਤੁਹਾਡਾ ਵੀਜ਼ਾ ਲੱਗੇਗਾ, ਮੈਨੂੰ ਤੁਹਾਡੇ ਵੀਜ਼ੇ ਬਾਅਦ ਮੈਨੂੰ ਆਪਣੀ ਫੀਸ ਮਿਲਣੀ ਆ, ਤੁਹਾਨੂੰ ਤੁਹਾਡਾ ਕਰੀਅਰ ਮਿਲਣਾ। ਅਗਰ ਕਿਸੇ ਬੱਚੇ ਦਾ ਵੀਜ਼ਾ ਰਿਫਿਊਜ਼ ਹੁੰਦਾ, ਨੁਕਸਾਨ ਦੋਵਾਂ ਤੇ ਰਹਿੰਦਾ। ਜੋ ਬਹੁਤ ਸਾਰੇ ਬੱਚੇ ਜਿਵੇਂ ਦਕਸ਼ ਭਾਟੀਆ ਦੀ ਕਾਲ ਆਈ, ਇੱਦਾਂ ਹੋਰ ਵੀ ਕਈ ਬੱਚੇ ਸੀ ਜਿਨ੍ਹਾਂ ਕੋਲ ਅਸੀਂ ਕੋਈ ਪੈਸਾ ਨਹੀਂ ਲਿਆ, ਇੱਕ ਸਿੰਗਲ ਚਵਾਨੀ ਨਹੀਂ ਲਈ, ਕੋਈ ਆਪਣੀ ਫੀਸ ਨਹੀਂ, ਪ੍ਰੋਸੈਸਿੰਗ ਫੀਸ ਨਹੀਂ, ਕਾਲਜ ਦੀ ਫੀਸ ਆਪਣੇ ਪੱਲਿਓਂ ਭਰੀ, $18,000 ਕਾਲਜ ਦੀ ਫੀਸ ਪੱਲਿਓਂ ਭਰ ਕੇ ਬੱਚਾ ਵੀਜ਼ਾ ਅਪਲਾਈ ਕੀਤਾ, ਨਹੀਂ ਲੱਗਾ, ਉਹਨਾਂ ਕਹਾ ਕੋਈ ਨਹੀਂ ਕਾਕਾ ਦੁਬਾਰਾ ਫਿਰ ਅਪਲਾਈ ਕਰ ਲਓ, ਕੋਈ ਦਿੱਕਤ ਨਹੀਂ। ਫਿਰ ਦੁਬਾਰਾ ਚਾਂਸ ਲੈ ਸਕਦੇ? ਹਾਂ, ਨੁਕਸਾਨ ਤਾਂ ਜੇ ਤੁਹਾਡਾ ਲੱਖ 2 ਲੱਖ ਰੁਪਏ ਖਰਾਬ ਹੋ ਗਿਆ, ਉਦੋਂ ਨੁਕਸਾਨ ਆ। ਠੀਕ ਹੈ ਜੀ, ਹੈਲੋ ਹੈਲੋ ਜੀ ਸਰ, ਸਤਿ ਸ਼੍ਰੀ ਅਕਾਲ ਜੀ। ਸਰ ਸਵਾਲ ਪੁੱਛੋ ਆਪਣਾ। ਅੱਜ ਸਾਰੇ ਰਿਫਿਊਜ਼ਲ ਵਾਲੇ ਫੋਨ ਕਰ ਰਹੇ ਜੀ, ਮੈਨੂੰ ਲੱਗਦਾ ਅੱਜ ਜਿਹੜਾ ਮੁੱਦਾ ਆਪਾਂ ਛੇੜਿਆ ਰਿਫਿਊਜ਼ਲ ਦਾ, ਬੜਾ ਵਧੀਆ ਛੇੜਿਆ ਆਪਾਂ। ਕੈਨੇਡਾ ਤੋਂ ਰਿਫਿਊਜ਼ਲ ਆਈ ਭਾਜੀ? ਹਾਂਜੀ ਹਾਂਜੀ। ਪ੍ਰੋਫਾਈਲ ਦੱਸੋਗੇ ਬੱਚੇ ਦੀ, ਕੁਆਲੀਫਿਕੇਸ਼ਨ ਤੇ ਆਈਐਲਟਸ ਸਕੋਰ ਕੀ ਹੈ, ਜਰਾ ਜਲਦੀ ਬੋਲਿਓ। ਸਾਢੇ ਪੰਜ 5.5 ਬੈਂਡ ਤੁਹਾਡੇ ਬੱਚੇ ਦੇ ਰੀਡਿੰਗ ਚੋਂ ਸੀ ਜਾਂ ਸਪੀਕਿੰਗ ਚੋਂ ਸੀ? ਰੀਡਿੰਗ 'ਚ ਹੋਣਗੇ ਭਾਜੀ, ਕੋਸ਼ਿਸ਼ ਕਰੋ ਬੱਚੇ ਦੀ ਆਈਲਟਸ ਇੰਪਰੂਵ ਕਰਾ ਲਓ, ਜੇ 6 ਬੈਂਡ ਈਚ ਹੋਣਗੇ SDS ਕੈਟਾਗਰੀ 'ਚ ਕੇਸ ਲੱਗ ਜਾਏਗਾ, ਜਦੋਂ ਦੁਬਾਰਾ ਅਪਲਾਈ ਕਰਾਂਗੇ ਤਾਂ ਕੁਛ ਨਾ ਕੁਛ ਜਸਟੀਫਿਕੇਸ਼ਨ ਲੈਟਰ ਲੱਗ ਸਕਦੀ ਕਿ ਮੈਂ ਪੁਰਾਣੇ ਕੇਸ ਨਾਲੋਂ ਨਵੇਂ ਕੇਸ ਵਿੱਚ ਮਿਹਨਤ ਕੀਤੀ ਹੈ। ਬਟ ਅਦਰਵਾਈਜ਼ ਜੇ ਮੈਂ ਸਕਸੈਸ ਰੇਟ ਦੀ ਗੱਲ ਕਰਾਂ ਤਾਂ ਪਿਛਲੇ ਹਫ਼ਤੇ ਸਾਡਾ ਜਿਹੜੇ 3 ਰਿਜ਼ਲਟ ਆਏ, 3 ਵਿੱਚੋਂ ਜਿਹੜੇ 2 ਵੀਜ਼ੇ ਲੱਗੇ ਨੇ, ਇੱਕ ਵੀਜ਼ਾ ਲੱਗਾ 5.5 ਬੈਂਡ ਵਾਲਾ, ਇੱਕ ਵੀਜ਼ਾ ਲੱਗਾ 6 ਵਾਲਾ, ਜਿਹੜਾ ਵੀਜ਼ਾ ਰਿਫਿਊਜ਼ ਹੋਇਆ ਉਹ 6.5 ਬੈਂਡ ਦਾ ਰਿਫਿਊਜ਼ ਹੋਇਆ। ਮੈਂ ਸਮਝ ਤੇ ਦੱਸਿਆ ਕਿ ਸਾਡੇ ਆਪਣੇ ਫੈਮਿਲੀ ਫਰੈਂਡ ਨੇ, DSP ਮੈਂ ਰੈਂਕ ਦੇ ਆਫਿਸਰ ਨੇ, ਉਹਨਾਂ ਦੇ ਬੇਟੇ ਦਾ ਮਤਲਬ ਕੇਸ ਅਪਲਾਈ ਕੀਤਾ, ਮਿਹਨਤ ਵੀ ਬੜੇ ਲੈਵਲ ਤੇ ਕੀਤੀ, SDS ਕੇਸ, ਉਹਦਾ ਵੀਜ਼ਾ ਵੀ ਰਿਫਿਊਜ਼ ਹੋਇਆ। ਬਟ ਇਟ ਡਜ਼ਨਟ ਮੀਨ ਕਿ ਆਪਾਂ ਕੈਨੇਡਾ ਨਹੀਂ ਜਾ ਸਕਦੇ, ਜੇ ਵੀਜ਼ਾ ਇੱਕ ਵਾਰ ਰਿਫਿਊਜ਼ ਹੋ ਗਿਆ ਦੋਸਤੋ ਕੋਈ ਘਬਰਾਉਣ ਦੀ ਲੋੜ ਨਹੀਂ। 15 ਅਪ੍ਰੈਲ ਤੋਂ ਬਾਅਦ ਫਾਈਲਸ ਲੱਗਣਗੀਆਂ, ਜੁਲਾਈ ਜਾਂ ਸਪਤੰਬਰ ਬੈਚ ਦੀਆਂ ਵੀਜ਼ੇ ਫਿਰ ਲੱਗਣਗੇ, ਸਿਰਫ 1.5 ਮਹੀਨੇ ਦੀ ਦੇਰ ਹੈ। ਸੋ ਆਪਾਂ ਨੂੰ ਸਬਰ ਨਹੀਂ ਕਰਨਾ ਆਉਂਦਾ, ਅੱਜ ਹੁਣੇ ਅਭੀ ਇਸੇ ਟਾਈਮ ਚਾਹੀਦਾ।
ਅਸੀਂ ਟਾਈਮ ਕਹਿ ਸਕਦੇ ਵੀ ਉਹ ਟਾਈਮ ਠੀਕ ਨਹੀਂ ਸੀਗਾ, ਲਾਸਟ ਦੇ ਵਿੱਚ ਆ ਕੇ ਕਿਤੇ ਨਾ ਕਿਤੇ ਗੜਬੜ ਹੋ ਗਈ। ਦੇਖੋ ਵੀਜ਼ਾ ਅਸੀਂ ਅਪਲਾਈ ਕਰ ਲੈਂਦੇ ਵੀ ਇਨਟੇਕ ਪਹਿਲਾਂ ਲੈ ਲੈਂਦੇ। ਕਵਿਤਾ ਜੀ ਐਲਗੋਰਿਦਮ ਸਮਝਣ ਦੀ ਲੋੜ ਹੁੰਦੀ ਹੈ। ਮੈਂ ਅੱਗੇ ਵੀ ਦੱਸਿਆ ਸੀ ਕਿ ਜਨਵਰੀ ਦਾ, ਮਈ ਦਾ ਤੇ ਸਪਟੰਬਰ ਦਾ ਇੱਕ ਕੋਟਾ ਸਿਸਟਮ ਹੈ, ਤੇ ਸਪਟੰਬਰ ਸਭ ਤੋਂ ਵੱਡਾ ਜਿਹੜਾ ਇਨਟੇਕ ਮੰਨਿਆ ਜਾਂਦਾ। ਤੇ ਜੇ ਹੁਣ ਮਈ ਇਨਟੇਕ ਜਨਵਰੀ ਦੇ ਛੋਟਾ ਨਿਕਲ ਜਾਂਦਾ, ਬਾਕੀ ਦਾ 50% ਕੋਟਾ ਸਪਟੰਬਰ ਦੇ ਹਿੱਸੇ ਪੈਂਦਾ। ਸੋ ਇਦਾਂ ਦੀ ਪ੍ਰੋਫਾਈਲ ਨੂੰ ਮੈਂ ਸਲਾਹ ਦਊਂਗਾ ਕਿ ਜੂਨ ਵਾਲੇ ਸਪਟੰਬਰ ਇਨਟੇਕ ਖੁੱਲ੍ਹਾ, ਉਸ ਇਨਟੇਕ ਲਈ ਅਪਲਾਈ ਕੀਤਾ ਜਾ ਸਕਦਾ। ਵੀਜ਼ਾ ਤੁਸੀਂ ਆਪਦਾ ਅਪ੍ਰੈਲ 15 ਤੋਂ ਬਾਅਦ ਅਪਲਾਈ ਕਰੋਗੇ, ਫਾਈਲ ਚੰਗੇ ਤਰੀਕੇ ਪੁਰਾਣੀ ਰਿਫਿਊਜ਼ਲ ਦੀ ਜਸਟੀਫਿਕੇਸ਼ਨ ਲਗਾਓਗੇ, ਤੁਹਾਡਾ ਕੋਰਸ ਤੁਹਾਡੀ ਪੜ੍ਹਾਈ ਨਾਲ ਰੈਲੀਵੈਂਟ ਹੋਏਗਾ, ਡੈਫੀਨੇਟਲੀ ਯੈਸ ਵੀਜ਼ਾ ਲਿਆ ਜਾ ਸਕਦਾ। ਕੈਨੇਡਾ ਰਿਸਕੀ ਹੈਗਾ ਵੀ ਚਲੋ 5.5 ਬੈਠ ਤੇ ਸੀ ਆਏਗਾ ਜਾਂ ਨਹੀਂ ਆਏਗਾ। ਨਹੀਂ 5.5 ਇੱਕ ਚੋਂ ਓਵਰਆਲ ਨਹੀਂ, ਨਹੀਂ ਇੱਕ ਚੋਂ। ਹਾਂ ਹਾਂ ਹਾਂ, ਕਿਤੇ ਕੋਈ ਗਲਤ ਮੈਸੇਜ ਪਹੁੰਚ ਕਰੇ, ਓਵਰਆਲ 5.5 ਦੀ ਗੱਲ ਕਰ ਰਹੇ। ਸੋ ਇੱਕ ਚੋਂ 5.5 ਰਿਸਕੀ ਹੈਗਾ, ਚਲੋ ਠੀਕ ਹੈ ਜੀ 50-50। ਕਵਿਤਾ ਕਵਿਤਾ ਜੀ ਦੇਖੋ ਦੇਖੋ, ਰਿਸਕ ਤਾਂ 6.5 ਬੈਂਡ ਵਾਲਾ ਵੀ ਹੈ। ਹੁਣ ਬੱਚੇ ਨੇ 6.5 ਬੈਂਡ ਲਏ, 6 ਸੀ, ਦੋਵੇਂ ਵਾਰ ਰਿਫਿਊਜ਼ ਹੋ ਗਿਆ ਬੱਚੇ ਦਾ। ਇੱਕ ਗੱਲ ਦਿਮਾਗ 'ਚ ਪਾਲੋ ਦੋਸਤੋ, ਅਗਰ ਤੁਹਾਡੇ ਨੰਬਰ 80-85% ਆ, ਤੁਹਾਡੇ ਬੈਂਡ 6-6.5 ਨੇ, ਇਟ ਡਜ਼ਨਟ ਮੀਨ ਕਿ ਤੁਹਾਨੂੰ ਕੈਨੇਡਾ ਦਾ ਵੀਜ਼ਾ ਲੈਣ ਤੋਂ ਕੋਈ ਨਹੀਂ ਰੋਕ ਸਕਦਾ। ਵੀਜ਼ਾ ਰਿਜੈਕਟ ਕੰਟਰੀ ਵੀ ਨਹੀਂ ਹੈਗੀ ਜਿਹੜੀ ਵੀਜ਼ਾ ਦੇ ਦੇਗੀ ਸਾਡੇ ਪਾਸ। 40 ਕੰਟਰੀਜ਼ ਦੀ ਆਪਸ਼ਨ ਸਾਡੇ ਕੋਲ ਅਵੇਲੇਬਲ ਹੈ, 40 ਕੰਟਰੀ ਦੀ। ਤੁਸੀਂ ਕੈਨੇਡਾ ਤੋਂ ਰਿਫਿਊਜ਼ ਹੋ, ਤੁਸੀਂ UK ਅਪਲਾਈ ਕਰ ਸਕਦੇ ਹੋ, ਤੁਸੀਂ ਆਸਟ੍ਰੇਲੀਆ ਅਪਲਾਈ ਕਰ ਸਕਦੇ ਹੋ, ਨਿਊਜ਼ੀਲੈਂਡ ਅਪਲਾਈ ਕਰ ਸਕਦੇ ਹੋ, ਜਰਮਨੀ ਅਪਲਾਈ ਕਰ ਸਕਦੇ ਹੋ, USA ਅਪਲਾਈ ਕਰ ਸਕਦੇ ਹੋ। ਆਪਸ਼ਨ ਐਕਸਪਲੋਰ ਕਰਨ ਦੀ ਲੋੜ ਆ। ਹੁਣ ਆਪਾਂ ਇੱਕੋ ਪਤੀਲੇ 'ਚ ਪਾਣੀ ਪਾਈ ਜਾਵਾਂਗੇ ਜਦੋਂ ਵਿਚਾਰਾ ਭਰੇਗਾ ਉਹਨੇ ਡੁੱਲਣਾ ਹੈ। ਤੋ ਹਰ ਇੱਕ ਚੀਜ਼ ਹੈ, ਇੱਕ ਲਿਮਿਟ ਹੈ, ਇੱਕ ਉਹਦੀ ਇੱਕ ਐਕਸਪਾਇਰੀ ਡੇਟ ਹੈ, ਇੱਕ ਉਹਦੀ ਜਿੱਥੇ ਚੀਜ਼ ਬਣਦੀ ਉੱਥੇ ਖਤਮ ਹੀ ਹੁੰਦੀ ਹੈ। ਜੇ ਅੱਜ ਸਾਰੇ ਵੀਜ਼ੇ ਕੈਨੇਡਾ ਦੇ ਜੇ ਲੱਗਣ ਲੱਗ ਪੈਣ ਤਾਂ ਫਿਰ ਬਾਕੀ ਮੁਲਕਾਂ ਦੇ ਬੱਚੇ ਕੌਣ ਜਾਣਗੇ? ਸੋ ਬੇਸਿਕਲੀ ਇਹ ਬੜਾ ਇੱਕ ਇੰਟਰਨੈਸ਼ਨਲ ਸਟੈਂਡਰਡ ਹੈ, ਅਸੀਂ ਇਸ ਸਮਝ ਤੇ ਬੈਠ ਕੇ ਵੱਡੀਆਂ ਪੋਲੀਟੀਕਲ ਗੱਲਾਂ ਨਹੀਂ ਕਰ ਸਕਦੇ, ਬਟ ਯੈਸ ਕੈਨੇਡਾ ਫੰਡਸ ਕਰਕੇ ਕਿਤਨਾ ਕਿਤੇ ਸਾਨੂੰ ਛੋਟ ਮਿਲਦੀ ਹੈ। ਨਹੀਂ ਫੰਡ ਕਰਕੇ ਨਹੀਂ ਮੈਡਮ, ਗੱਲ ਪਤਾ ਕੀ ਹੈ, ਅੱਜ ਤੀਜੀ ਜਨਰੇਸ਼ਨ ਕੈਨੇਡਾ ਬੈਠੀ ਹੈ। ਅੱਜ ਤੁਸੀਂ ਸਰੀ ਵੇਖ ਲਓ, ਵੈਨਕੂਵਰ ਵੇਖ ਲਓ, ਬ੍ਰੈਂਪਟਨ ਵੇਖ ਲਓ, ਉੱਥੇ ਦੂਜੀ ਲੈਂਗੁਏਜ ਪੰਜਾਬੀ ਬਣ ਗਈ ਹੈ। ਫ੍ਰੈਂਚ ਤੋਂ ਬਾਅਦ ਉਹਨੇ ਦੂਜੀ ਲੈਂਗੁਏਜ ਪੰਜਾਬੀ ਘੋਸ਼ਿਤ ਕਰਤੀ। ਸੋ ਇੰਨਾ ਕੁ ਉੱਥੇ ਪੰਜਾਬੀ ਲੋਕਾਂ, ਅੱਜ ਮੈਂ ਗੱਲ ਕਰਾਂ ਤਕਰੀਬਨ 55 ਮੇਰੇ ਖਿਆਲ ਨਾਲ MP ਬਣ ਚੁੱਕੇ ਨੇ ਆਪਣੇ ਪੂਰੀ ਪਾਰਲੀਮੈਂਟ ਦੇ ਪੰਜਾਬੀ ਜਿਹੜੇ, ਹਨਾ। ਸੋ ਪੰਜਾਬੀ ਦੀ ਪਹਿਲੀ ਪਸੰਦ ਤਾਂ ਹੈ ਕਿਉਂਕਿ ਉੱਥੇ ਹਮੇਸ਼ਾ ਪੰਜਾਬੀ ਬੰਦਾ ਆਪਣਾ ਨਾ ਉੱਥੇ ਸਾਖ ਸੰਬੰਧੀ ਭਾਲਦਾ, ਰਿਸ਼ਤੇਦਾਰੀਆਂ ਭਾਲਦਾ, ਕਿਸੇ ਦਾ ਮਾਮਾ, ਕਿਸੇ ਦਾ ਚਾਚਾ, ਕਿਸੇ ਦੀ ਭੂਆ, ਕਿਸੇ ਦਾ ਫੁੱਫੜ, ਕਿਸੇ ਦਾ ਦੋਸਤ, ਕਿਸੇ ਦਾ ਫਰੈਂਡ ਉੱਥੇ ਬੈਠਾ, ਉਸ ਕਰਕੇ ਬੱਚੇ ਦੀ ਕੈਨੇਡਾ ਪਹਿਲੀ ਪਸੰਦ ਬਣਦਾ। ਬਟ ਜੇ ਆਪਾਂ ਚੰਗੇ ਫਿਊਚਰ ਦੀ ਗੱਲ ਕਰੀਏ ਕਵਿਤਾ, ਤਾਂ ਕੈਨੇਡਾ ਤੋਂ ਇਲਾਵਾ ਵੀ ਹੋਰ ਇਹੋ ਜਿਹੇ ਕਈ ਕੰਟਰੀਜ਼ ਨੇ, ਕਈਆਂ ਯੂਨੀਵਰਸਿਟੀਜ਼ ਨੇ ਜਿੱਥੇ ਪੜ੍ਹ ਕੇ ਇੱਕ ਕੈਨੇਡਾ ਤੋਂ ਵੀ ਬਿਹਤਰ ਫਿਊਚਰ ਲਿਆ ਜਾ ਸਕਦਾ। ਸੋ ਆਰਐਸ ਗਲੋਬਲ ਕੰਸਲਟੈਂਸੀ ਤੋਂ ਮਿਸਟਰ ਸੁਖਚੈਨ ਸਿੰਘ ਰਾਹੀ ਤੇ ਕੰਚਾਵਾ ਪਰਦੇਸ ਦੀ ਲਾਈਵ ਪ੍ਰੋਗਰਾਮ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਰ ਮੈਂ ਇੱਕ ਸਵਾਲ ਕਰਨਾ ਸੀ, ਮੇਰੀ ਬੇਟੀ ਨਾ ਜਨਵਰੀ ਇੰਟੇਕ ਲਈ ਬਾਹਰ ਗਈ ਹੈ, ਕੈਨੇਡਾ ਗਈ ਹੈ। ਓਕੇ, ਮੈਂ ਜਾਣਾ ਹੋਵੇ ਤਾਂ ਹੁਣ ਤੋਂ ਮੈਨੂੰ ਕੀ ਤਿਆਰੀ ਕਰਨੀ ਚਾਹੀਦੀ ਹੈ? ਤੁਸੀਂ ਇੱਥੇ ਕੁਝ ਇੰਡੀਆ 'ਚ ਕੰਮ ਧੰਦਾ ਜੌਬ ਕਰਦੇ ਹੋ ਕੁਝ ਬਿਜ਼ਨਸ? ਹਾਂਜੀ ਸਰ, ਮੈਂ ਸਰਕਾਰੀ ਮੁਲਾਜ਼ਮ ਹਾਂ ਜੀ, ਮੈਂ ਬਿਜਲੀ ਬੋਰਡ 'ਚ ਕੰਮ। ਬਹੁਤ ਅੱਛੀ ਗੱਲ ਹੈ। ਤੁਹਾਡੇ ਹਸਬੈਂਡ? ਹਸਬੈਂਡ ਨੂੰ ਵੀ ਨਾਲ ਲੈ ਕੇ ਜਾਣਾ ਚਾਹੁੰਦੇ ਹੋ, ਇਕੱਲੇ ਜਾਣਾ ਬੇਟੀ ਮਿਲਣ? ਸਰ ਵੈਸੇ ਤਾਂ ਬੇਟਾ ਵੀ ਹੈ, ਇੱਕ ਹਸਬੈਂਡ ਆ, ਤੇ ਮੈਂ ਸੋਚਦਾ ਸੀ ਕਿੰਨੇ ਅਪਲਾਈ ਕਰ ਲਈਏ। ਬੇਟਾ ਕਿਹੜੀ ਕਲਾਸ ਪੜ੍ਹਦਾ? ਸਰਕਾਰੀ। ਬੇਟਾ ਕਿਹੜੀ ਕਲਾਸ ਪੜ੍ਹਦਾ ਜੀ? ਸਰ ਬੇਟਾ ਬੀਬੀ ਕੀਤੀ ਜਾਂਦੇ ਹੁਣ, ਸਰ ਉਹਨੇ ਉਹ ਅਜੇ ਤਾਂ ਕਰ ਲਈ ਨਹੀਂ। ਹੁਣ ਕੁਝ ਕਰ ਰਿਹਾ ਕਿ ਨਹੀਂ ਹਲੇ? ਪਹਿਲਾਂ ਪਿਆਰ ਸੀ ਜਾਣ ਨੂੰ ਹੁੰਦੇ ਨੇ। ਹਾਂਜੀ, ਹੁਣ ਕੁਝ ਕਰ ਰਿਹਾ ਕਿ ਹਲੇ ਬੀਬੀਏ ਕਰਕੇ ਫ੍ਰੀ ਹੈ? ਵੈਰੀ ਗੁੱਡ। ਜੇ ਤਾਂ ਬੇਟਾ ਜੋਬ ਕਰ ਰਿਹਾ, ਉਹਦੀ ਸੈਲਰੀ ਅਕਾਊਂਟ 'ਚ ਆ ਰਹੀ ਹੈ, ਫਿਰ ਉਹਦੇ ਪਰੂਫ, ਆਪਦੇ ਹਸਬੈਂਡ ਦੇ ਪਰੂਫ, ਅਤੇ ਆਪਣੇ 16 ਨੰਬਰ ਫੋਰਮ 2 ਸਾਲਾਂ ਦੇ ਲਗਾ ਕੇ, ਤੁਹਾਡੇ ਕੋਲ ਜੋ ਵੀ ਜਮ੍ਹਾਂ ਪੂੰਜੀਆਂ ਬੈਂਕਾਂ 'ਚ ਸੇਵਿੰਗਸ ਜੁੜੀਆਂ ਨੇ, ਉਹਦੀ ਸਟੇਟਮੈਂਟ ਲਗਾ ਕੇ ਵੀਜ਼ਾ ਅਪਲਾਈ ਕਰੋਗੇ, 3 ਜਣਿਆਂ ਨੂੰ ਵੀਜ਼ਾ ਮਿਲ ਜਾਏਗਾ 10-10 ਸਾਲ ਦਾ, ਜਦ ਤੱਕ ਤੁਹਾਡੇ ਪਾਸਪੋਰਟ ਦੀ ਵੈਲਿਡਿਟੀ ਆ। ਪਰ ਜੇ ਤੁਹਾਡਾ ਬੀਬੀ ਕਰਕੇ ਬੱਚਾ ਹਲੇ ਵਿਹਲਾ ਹੈ, ਫ੍ਰੀ ਹੈ, ਫਿਰ ਵੀਜ਼ਾ ਅਪਲਾਈ ਨਾ ਕਰਿਓ। ਜੇ ਤੁਸੀਂ ਦੱਸ ਰਹੇ ਜਿਵੇਂ ਗੱਲ, ਫੋਨ ਕੱਟਿਆ ਗਾ ਜੀ? ਨਹੀਂ ਨਹੀਂ, ਹੈਗੇ ਨੇ। ਇਹ ਤੁਹਾਡੇ ਬੇਟੇ ਨੇ ਆਇਲਟਸ ਕਰ ਲਈ ਹੋਈ ਵੈਸੇ? ਚੰਗੀ ਗੱਲ ਆ, ਬੇਟੀ ਬਾਹਰ ਭੇਜੀ, ਮੁੰਡਾ ਆਪਣੇ ਕੋਲ ਰੱਖੋ, ਸਾਰੇ ਥੋੜੀ ਬਾਹਰ ਭੇਜ ਦੇਣੇ ਆ। ਮੁੰਡਾ ਇੱਥੇ ਕੋਲ ਰੱਖੋ, ਕੱਲ ਨੂੰ ਤੁਹਾਡਾ ਬੁਢਾਪੇ ਸਹਾਰਾ ਬਣੂਗਾ। ਚਲੋ ਚੰਗੀ ਗੱਲ, ਇੱਦਾਂ ਦੀ ਮਾਵਾਂ ਚਾਹੀਆਂ ਜਿਹੜੀਆਂ ਫਰੈਂਕ ਗੱਲ ਕਰਦੀਆਂ ਹੁਣ, ਬੜੀ ਚੰਗੀ ਗੱਲ ਆ ਜੀ। ਚਲੋ ਸਹੇਲੀ ਬਣ ਗਈ, ਉਹ ਤਾਂ ਕੱਲ ਨੂੰ ਤੇ ਮੁਕੱਦਰ ਆ, ਬਟ ਮੇਰੇ ਮੁਤਾਬਕ ਜੇ ਬੱਚਾ ਇੱਥੇ ਇੰਡੀਆ ਨੂੰ ਏਅਰਪੋਰਟ ਦਿੱਲੀ ਜੋਬ ਮਿਲ ਗਈ ਆ, ਤੇ ਇੱਥੇ ਮਤਲਬ ਹੋਰ ਦਾ ਵਧੀਆ ਫਿਊਚਰ ਵਧੀਆ ਬਣ ਸਕਦਾ ਹੈ, ਜਾਣ ਦੀ ਲੋੜ ਨਹੀਂ ਗੀ। ਬਟ ਯੈਸ, ਤੁਹਾਡੇ ਸਵਾਲ ਦਾ ਭੈਣ ਜੀ ਜਵਾਬ ਇਹ ਹੈ, ਤੁਸੀਂ ਆਪਦੇ 2 ਸਾਲ ਦੇ ਆਮਦਨ ਦੇ ਪਰੂਫ, ਆਪਦੇ ਹਸਬੈਂਡ ਦੇ 2 ਸਾਲ ਦੇ ਆਮਦਨ ਪਰੂਫ ਲਗਾ ਕੇ ਵੀਜ਼ਾ ਅਪਲਾਈ ਕਰੋਗੇ, ਤੁਹਾਡੇ ਵਰਗੇ ਕੇਸਾਂ 'ਚ ਵੀਜ਼ਾ ਚਾਂਸਿਸ 100% ਹੁੰਦਾ।
ਸੋ ਇਸ ਤੋਂ ਇਲਾਵਾ ਵੈਸੇ ਵੀ ਕੋਈ ਵੀ ਜਿਹੜਾ ਦਰਸ਼ਕ ਪ੍ਰੋਗਰਾਮ ਵੇਖ ਰਿਹਾ, ਤੁਹਾਡਾ ਬੱਚਾ ਕੈਨੇਡਾ ਪੜ੍ਹ ਰਿਹਾ, ਆਸਟ੍ਰੇਲੀਆ ਪੜ੍ਹ ਰਿਹਾ, ਨਿਊਜ਼ੀਲੈਂਡ ਪੜ੍ਹ ਰਿਹਾ, ਕਿਤੇ ਵੀ ਪੜ੍ਹ ਰਿਹਾ, ਤੁਸੀਂ ਆਪਣੇ ਬੱਚੇ ਨੂੰ ਮਿਲਣ ਜਾਣਾ ਚਾਹੁੰਦੇ ਹੋ, ਟੂਰਿਸਟ ਵੀਜ਼ਾ ਅਪਲਾਈ ਕਰਨਾ ਚਾਹੁੰਦੇ ਹੋ, ਆਰ ਐਸ ਗੁਬਲ ਦਾ ਜਲੰਧਰ, ਮੋਹਾਲੀ, ਨਵਾਂ ਸ਼ਹਿਰ ਦਫ਼ਤਰ ਤੇ ਅਗਲੇ ਮਹੀਨੇ ਤੋਂ ਅੰਮ੍ਰਿਤਸਰ ਦਫ਼ਤਰ ਤੁਹਾਡੇ ਲਈ ਹਮੇਸ਼ਾ ਹੈਲਪ ਕਰਨ ਲਈ ਤਿਆਰ ਆ। ਹੈਲੋ, ਚਲੋ ਆਪਾਂ ਗੱਲ ਕਰਨੀ ਸਰ 5:30 ਬੈਣ ਵਾਲੇ ਬੱਚਿਆਂ ਦੀ। ਕਵਿਤਾ ਜੀ, ਮੈਨੂੰ ਨਾ ਜਦੋਂ ਮੈਂ ਆ ਰਿਹਾ ਸੀ ਇੱਥੇ ਚੰਡੀਗੜ੍ਹ ਤਾਂ ਮੈਨੂੰ ਬੜੇ ਮੈਸੇਜ ਆਏ ਕਿ ਸਰ 5:30 ਬੈਣ ਵਾਲੇ ਬੱਚਿਆਂ ਦੀ ਗੱਲ, ਕਿਉਂਕਿ ਤਕਰੀਬਨ 4-5, ਇੱਕ ਮੈਸੇਜ ਖਡੂਰ ਸਾਹਿਬ ਤੋਂ ਸੀਗਾ, ਇੱਕ ਮੈਸੇਜ ਮੁਕਤਸਰ ਤੋਂ ਸੀਗਾ, ਤਾਂ 2 ਯਾਦ ਆ। ਅਤੇ 5:30 ਬੈਣ ਵਾਲੇ ਬੱਚਿਆਂ ਦੀ ਗੱਲ ਆਪਾਂ ਕਰਾਂਗੇ ਕਿ ਕਿੱਥੇ ਜਾਇਆ ਜਾ ਸਕਦਾ। ਅਗਰ ਤੁਸੀਂ ਦੋਸਤੋ 12ਵੀਂ ਕਲਾਸ ਪਾਸ ਕੀਤੀ ਹੈ, ਤੁਹਾਡੀ ਪੜ੍ਹਾਈ 'ਚ 2 ਤੋਂ 3 ਸਾਲ ਦਾ ਗੈਪ ਹੈ, ਯਾਨੀ ਕਿ 2017 ਇਸ ਤੋਂ ਉੱਪਰ ਨਹੀਂ, 2017, 2018, 2019 ਤੁਸੀਂ ਪਲੱਸ ਟੂ ਪਾਸ ਕੀਤੀ, ਚਾਹੇ 50% ਨੰਬਰ ਹੋਣ, 50 ਤੋਂ ਘੱਟ ਨਾ ਹੋਣ, ਮਤਲਬ 50% ਨੰਬਰ, 3 ਸਾਲ ਦਾ ਪੜ੍ਹਾਈ 'ਚ ਗੈਪ, ਓਵਰਆਲ ਬੈਂਡ 5.5, ਨੋਟ ਲੈਸ ਦੈਨ 5, ਉਹ ਬੱਚਾ ਨਿਊਜ਼ੀਲੈਂਡ ਪੜ੍ਹਨ ਜਾ ਸਕਦਾ। ਐਂਡ ਨਿਊਜ਼ੀਲੈਂਡ ਕਿਹੋ ਜਿਹਾ ਮੁਲਕ ਹੈ ਜਿੱਥੇ ਵਾਈਡ ਰੇਂਜ ਆਫ ਡਿਪਲੋਮਾਸ ਤੁਹਾਨੂੰ ਕੋਰਸ ਮਿਲਦੇ ਆ, ਜਿਹੜੇ ਸ਼ਾਰਟ ਲਿਸਟ ਕੀਤੇ ਨੇ PR ਲਿਸਟ ਨੂੰ ਲੈ ਕੇ, ਜਿਹਨੂੰ LTSSL ਲਿਸਟ ਕਹਿੰਦੇ ਨੇ, ਲੌਂਗ ਟਰਮ ਸ਼ਾਰਟ ਲਿਸਟ ਸਕਿੱਲ ਲਿਸਟ। ਤੁਸੀਂ 2 ਸਾਲ ਦਾ ਡਿਪਲੋਮਾ ਕਰਦੇ ਹੋ, ਲੈਵਲ 5, ਲੈਵਲ 6, ਪਹਿਲੇ ਸਾਲ ਦੀ ਫੀਸ ਹੁੰਦੀ ਹੈ ਕਵਿਤਾ ਜੀ ਲਗਭਗ 16,000 ਤੋਂ ਲੈ ਕੇ 18,000 ਨਿਊਜ਼ੀਲੈਂਡ ਡਾਲਰ, ਯਾਨੀ ਕਿ 7 ਤੋਂ 7.5 ਲੱਖ ਸਾਲ ਦੀ ਬਣਦੀ ਹੈ। ਔਰ ਖੂਬਸੂਰਤ ਗੱਲ ਇਹ ਕਿ ਬਹੁਤ ਸਾਰੇ ਕੋਰਸਿਸ ਦੇ ਵਿੱਚ ਅਗਲੇ ਸਾਲ ਫੀਸ ਅੱਧੀ ਰਹਿ ਜਾਂਦੀ ਹੈ। ਤੁਸੀਂ IT ਪੜ੍ਹਨ ਚੱਲੇ ਹੋ, ਡਿਪਲੋਮਾ ਕਰਨ ਚੱਲੇ ਹੋ, ਬਿਜ਼ਨਸ ਦੀ ਪੜ੍ਹਾਈ ਕਰਨ ਚੱਲੇ ਹੋ, ਤੁਹਾਡੀ ਪਹਿਲੇ ਸਾਲ ਦੀ ਫੀਸ ਅਗਰ 18,000 ਡਾਲਰ ਹੈ, 8 ਲੱਖ ਰੁਪਇਆ, ਤਾਂ ਅਗਲੇ ਸਾਲ ਦੀ ਫੀਸ ਤੁਹਾਡੀ 4 ਲੱਖ ਰੁਪਏ, ਯਾਨੀ ਕਿ 9,000 ਡਾਲਰ ਰਹਿ ਜਾਣੀ ਹੈ। ਸਭ ਤੋਂ ਵੱਡਾ ਫਾਇਦਾ। ਦੂਜਾ ਸਭ ਤੋਂ ਵੱਡਾ ਫਾਇਦਾ ਹੈ ਕਿ ਪੜ੍ਹਾਈ ਦੀ ਜਿਹੜੀ ਫੀਸ ਤੁਸੀਂ ਭਰਨੀ ਹੈ ਕਾਲਜ ਦੀ, ਉਹ ਸਾਰੀ ਵੀਜ਼ਾ ਲੱਗਣ ਤੋਂ ਬਾਅਦ ਭਰਨੀ ਹੈ। ਆਮ ਤੌਰ 'ਤੇ ਆਪਾਂ ਅਖਬਾਰਾਂ 'ਚ ਐਡਵਰਟੀਜ਼ਮੈਂਟ ਦੇਖਦੇ ਹਾਂ ਨਾ, ਮੇਰੇ ਵਰਗਾ ਵੀ ਸਮਝ 'ਤੇ ਰੌਲਾ ਪਾਉਂਦਾ ਵੀ ਚਲੋ ਕੈਨੇਡਾ ਸਾਰੇ ਪੈਸੇ ਤੋਂ ਵੀਜ਼ਾ ਲੱਗਣ ਤੋਂ ਬਾਅਦ। ਨਿਊਜ਼ੀਲੈਂਡ ਵਿੱਚ ਤੁਹਾਨੂੰ ਕਿਸੇ ਏਜੰਟ ਦਾ ਸਹਾਰਨ ਝੱਲਣ ਦੀ ਲੋੜ ਨਹੀਂ, ਕਿਉਂਕਿ ਨਿਊਜ਼ੀਲੈਂਡ ਇਮੀਗ੍ਰੇਸ਼ਨ ਪਾਲਿਸੀ ਮੁਤਾਬਕ ਫੀਸ ਜਾਣੀ ਵੀਜ਼ਾ ਅਪਰੂਵਲ ਹੋਣ ਤੋਂ ਬਾਅਦ ਹੈ। ਸੋ ਪੈਸੇ ਰਿਸਕ 0। ਜਿਹੜੇ ਤੁਸੀਂ ਫੰਡ ਦਿਖਾਉਣੇ, 2 ਸਾਲ ਦੀ ਫੀਸ, 2 ਸਾਲ ਦਾ ਰਹਿਣ ਦਾ ਖਰਚਾ, ਜੋ 1500 ਲੱਖ ਦਿਖਾਉਣਾ 6 ਮਹੀਨੇ ਪੁਰਾਣਾ, ਉਹੀ ਤੁਸੀਂ ਵੀਜ਼ਾ ਅਪਰੂਵਲ ਹੋਣ ਤੋਂ ਬਾਅਦ ਪੈਸੇ ਕਢਵਾ ਕੇ ਸਾਲ ਦੀ ਫੀਸ ਭਰ ਦੇਣੀ ਆ। ਸਾਲ ਦਾ ਰਹਿਣ ਸਹਿਣ ਦਾ ਖਰਚਾ FTS ਅਕਾਊਂਟ ਵਿੱਚ ਭਰ ਦੇਣਾ, ਜੋ ਤੁਹਾਨੂੰ ਉੱਥੇ ਸਾਲ ਦੇ ਵਿੱਚ ਵਾਪਸ ਮਿਲ ਜਾਣਾ, ਜਿਵੇਂ ਕੈਨੇਡਾ 'ਚ GST ਵਾਪਸ ਮਿਲਦਾ ਹੈ। 2 ਸਾਲ ਦੀ ਪੜ੍ਹਾਈ ਤੋਂ ਬਾਅਦ 3 ਸਾਲ ਦਾ ਵਰਕ ਪਰਮਿਟ ਹੈ, ਅਗਰ ਤੁਸੀਂ ਆਕਲੈਂਡ ਤੋਂ ਬਾਹਰ ਕਿਸੇ ਹੋਰ ਸ਼ਹਿਰ ਪੜ੍ਹਨ ਜਾਂਦੇ ਹੋ, ਜੋ ਆਕਲੈਂਡ ਪੜ੍ਹਦੇ ਹੋ 2 ਸਾਲ ਦਾ ਵਰਕ ਪਰਮਿਟ ਹੈ। ਐਂਡ ਨਿਊਜ਼ੀਲੈਂਡ ਕਿਹੋ ਜਿਹਾ ਮੁਲਕ ਹੈ ਜਿਹੜਾ ਓਪਨਲੀ ਇਹ ਸਲੋਗਨ ਬੋਲਦਾ ਹੈ, ਸਟੱਡੀ, ਵਰਕ ਐਂਡ ਸੈਟਲ। ਸਾਡੇ ਮੁਲਕ ਆਓ, ਪੜ੍ਹਾਈ ਕਰੋ, ਪੜ੍ਹਾਈ ਕਰਕੇ ਰਿਲੇਟਡ ਫੀਲਡ 'ਚ ਜੋਬ ਲੱਭ ਕੇ ਪੁਆਇੰਟ ਲੈ ਕੇ ਪੂਰੇ ਲੈ ਲਓ। ਕਦੇ ਵੀ ਅਸੀਂ SOP 'ਚ ਮੈਂਸ਼ਨ ਨਹੀਂ ਕਰਦੇ ਕਿ ਮੈਂ ਪੜ੍ਹਾਈ ਕਰਕੇ ਵਾਪਸ ਆਊਂਗਾ, ਜਿਵੇਂ ਆਸਟ੍ਰੇਲੀਆ ਜਾਂ ਹੋਰਨਾਂ ਮੁਲਕਾਂ 'ਚ ਲੋਕ ਸਟੂਡੈਂਟ ਝੂਠ ਬੋਲਦੇ SOP 'ਚ। ਸੋ ਇੱਥੇ ਓਪਨਲੀ ਅਸੀਂ ਕਹਿੰਦੇ ਹਾਂ SOP 'ਚ ਕਿ ਮੈਂ ਫਲਾਣਾ ਡਿਪਲੋਮਾ ਕਰਨ ਚੱਲਿਆ, ਆਹ ਡਿਪਲੋਮਾ ਮੇਰਾ ਇਸ ਕਰਕੇ ਕਰਨ ਚੱਲਿਆ, ਇਸ ਤੋਂ ਬਾਅਦ ਮੇਰੀ ਆਪ ਜੋਬ ਮਿਲੇਗੀ ਅਤੇ ਮੈਂ ਫਰਦਰ ਪੁਆਇੰਟ ਪੂਰੇ ਕਰਕੇ PR ਵੀ ਅਪਲਾਈ ਕਰਾਂਗਾ। ਸੋ ਨਿਊਜ਼ੀਲੈਂਡ ਤੁਹਾਨੂੰ PR ਦਾ ਮੌਕਾ ਓਪਨਲੀ ਦਿੰਦਾ ਔਰ ਸਭ ਤੋਂ ਫਾਸਟ ਦਿੰਦਾ। ਸੋ ਕੇਵਲ 5.5 ਬੈਂਡ 'ਤੇ ਸਾਰੇ ਪੈਸੇ ਵੀਜ਼ਾ ਲੱਗਣ ਤੋਂ ਬਾਅਦ ਦੇਣੇ ਪੈਂਦੇ ਆ। ਨਿਊਜ਼ੀਲੈਂਡ ਪੜ੍ਹ ਕੇ ਇੱਕ ਚੰਗੇ ਭਵਿੱਖ ਦੀ ਸ਼ੁਰੂਆਤ ਕੀਤੀ ਜਾ ਸਕਦੀ ਹੈ। ਜਿਹੜੇ ਬੱਚੇ ਸਿੱਧਾ ਆਸਟ੍ਰੇਲੀਆ ਨਹੀਂ ਪਹੁੰਚ ਪਾ ਰਹੇ, ਫੋਰ ਐਗਜ਼ਾਮਪਲ 5.5 ਬੈਂਡ 'ਤੇ ਅੱਜ ਆਸਟ੍ਰੇਲੀਆ ਵੀਜ਼ਾ ਲੈਣਾ ਇੰਨਾ ਸੌਖਾ ਨਹੀਂ, 5.5 ਬੈਂਡ 'ਤੇ ਵੀਜ਼ਾ ਅਪਲਾਈ ਕਰਨਾ ਬੇਵਕੂਫੀ ਹੈ। ਪਰ ਜਿਹੜਾ ਬੱਚਾ ਨਿਊਜ਼ੀਲੈਂਡ 1 ਸਾਲ ਪੜ੍ਹ ਲੇਗਾ, ਅਗਲੇ ਸਾਲ ਡਿਗਰੀ ਪੂਰੀ ਕਰਨ ਆਸਟ੍ਰੇਲੀਆ ਪੜ੍ਹਨ ਜਾ ਸਕਦਾ, ਇਹ ਉਹਦੇ ਲਈ ਪਾਥਵੇ ਰਸਤੇ ਵੀ ਨੇ। ਇਸ ਤੋਂ ਇਲਾਵਾ 5.5 ਬੈਂਡ 'ਤੇ ਸਾਡੇ ਕੋਲ ਲਿਥੋਆਨੀਆ ਅਵੇਲੇਬਲ ਹੈ, ਜਰਮਨੀ ਅਵੇਲੇਬਲ ਹੈ, ਮਾਲਟਾ ਅਵੇਲੇਬਲ ਹੈ, ਇਹੋ ਜਿਹੇ ਸ਼ੈਨੇਗਰ ਕੰਟਰੀ 'ਚ ਪੜ੍ਹਨ ਜਾ ਸਕਦੇ ਹੋ, ਜਿਹਦੇ 'ਚ 5.5 ਬੈਂਡ ਦੇ ਨਾਲ ਫੀਸ ਵੀਜ਼ਾ ਲੱਗਣ ਤੋਂ ਬਾਅਦ ਜਾਂਦੀ ਹੈ ਔਰ ਖਰਚਾ ਕੇਵਲ 6 ਲੱਖ ਤੋਂ ਲੈ ਕੇ 7 ਲੱਖ ਤੱਕ ਆਉਂਦਾ ਸਾਲ ਦੀ ਫੀਸ ਪਾ ਕੇ। ਸੋ ਯੂਰਪ ਦੇ ਵਿੱਚ ਪੜ੍ਹਨਾ ਚਾਹੁੰਦੇ ਹੋ, ਨਿਊਜ਼ੀਲੈਂਡ ਪੜ੍ਹਨਾ ਚਾਹੁੰਦੇ ਹੋ, ਸਾਡੇ ਦਫ਼ਤਰਾਂ 'ਚ ਹੇਠਾਂ ਜੋ ਨੰਬਰ ਚੱਲ ਰਿਹਾ ਉਸ 'ਤੇ ਕਾਲ ਕਰਕੇ ਮਿਲਿਆ ਜਾ ਸਕਦਾ। ਫੇਸਬੁੱਕ ਪੇਜ ਦੇ ਉੱਤੇ ਵੀ ਲਾਈਵ ਚੱਲ ਰਿਹਾ ਸੀ, ਜਿਹਦੇ ਵਿੱਚ ਸਵਾਲ ਕੋਨਸਟੋਗਾ ਕੈਂਬਰਿਜ ਕੈਂਪਸ ਦੀ ਆਫਰ ਲੈਟਰ ਨਹੀਂ ਆਈ ਜੀ, ਮਹੀਨਾ ਹੋ ਗਿਆ, ਕੀ ਇਹ ਵੀ ਵਾਇਰਸ ਕਰਕੇ ਚੱਲ ਰਿਹਾ? ਯਾਰ ਮੈਂ ਹੈਰਾਨ ਆ, ਉਹ ਦੋਸਤੋ ਹੁਣ ਅਸੀਂ ਆਫਰ ਲੈਟਰ ਦੇ ਉੱਪਰ ਉੱਠ ਜਾਈਏ ਯਾਰ। ਇਸ ਮੰਚ ਦਾ ਮਕਸਦ ਦੇਖੋ, ਲਾਈਵ ਸ਼ੋਅ ਚੱਲਦਾ, ਮੈਡਮ ਤੁਸੀਂ ਰੋਜ਼ ਸ਼ੋਅ ਕਰਦੇ ਹੋ ਨਾ, ਰੋਜ਼ ਅਲੱਗ ਅਲੱਗ ਮਹਿਮਾਨਾਂ ਨੂੰ ਬਿਠਾ ਕੇ ਇਸ ਮੰਚ ਤੇ ਪ੍ਰੋਗਰਾਮ ਕਰਦੇ ਨੇ। ਹੁਣ ਅਸੀਂ ਕੋਰਸ ਬਾਰੇ ਗੱਲ ਕਰੀਏ, ਫਿਊਚਰ ਪਲਾਨਸ ਬਾਰੇ ਗੱਲ ਕਰੀਏ। ਅੱਜ ਵੀ ਸਾਡੀ ਸੋਚ ਯਾਰ ਆਫਰ ਲੈਟਰ ਤੇ ਅੜੀ ਹੈ। ਜੇ ਅਸੀਂ ਮੇਰੇ ਦੋਸਤ ਨੇ ਸਵਾਲ ਪੁੱਛਿਆ, ਆਮ ਸੋਰੀ ਟੂ ਸੇ, ਥੋੜ੍ਹਾ ਉੱਪਰ ਉੱਠੀਏ ਯਾਰ, ਸੋਚ ਥੋੜ੍ਹੀ ਆਪਣੀ ਵਿਸ਼ਾਲ ਕਰੀਏ। ਆਫਰ ਲੈਟਰ ਨਹੀਂ ਆਈ, ਆਪਣੇ ਏਜੰਟ ਤੋਂ ਪੁੱਛੋ। ਹੁਣ ਤੁਹਾਡੀ ਆਫਰ ਲੈਟਰ ਜੇ ਅਪਲਾਈ ਹੋਈ ਹੋਏਗੀ ਤਾਂ ਹੀ ਆਫਰ ਲੈਟਰ ਆਏਗੀ, ਜੇ ਆਫਰ ਲੈਟਰ ਤੁਹਾਡੀ ਅਪਲਾਈ ਹੋਈ ਹੈ, ਸਟੂਡੈਂਟ ID ਨੰਬਰ ਜਨਰੇਟ ਹੋ ਗਿਆ ਹੋਵੇਗਾ, ਤੁਸੀਂ ਏਜੰਟ ਤੋਂ ਇਲਾਵਾ ਵੀ ਡਾਇਰੈਕਟ ਕਾਲਜ ਨੂੰ ਮੇਲ ਪਾ ਕੇ ਆਪਣੇ ਆਫਰ ਦਾ ਸਟੇਟਸ ਪੁੱਛ ਸਕਦੇ ਹੋ ਕਿ ਮੇਰੀ ਆਫਰ ਲੈਟਰ ਕਦ ਤੱਕ ਆਉਣੀ ਹੈ। ਸੋ ਥੋੜ੍ਹਾ ਜਿਹਾ ਗਰੋ ਅਪ ਯਾਰ, ਆਪਾਂ ਕੈਨੇਡਾ ਪੜ੍ਹਨ ਚੱਲੇ ਹਾਂ, ਪਾਜੀ ਫਿਰ ਆਫ ਲੈਟਰ ਪਿੱਛੇ ਭੱਜੇ ਫਿਰਦੇ ਆ। ਅੱਛਾ, ਮੈਂ ਵੈਸੇ ਹੈਰਾਨ ਵੀ ਆ, ਫੇਸਬੁੱਕ ਪੇਜ ਦੇ ਉੱਤੇ ਨਾ ਜਿਹੜਾ ਸਾਡੇ ਦਰਸ਼ਕ ਹੈ ਨਾ, ਇੱਕ ਬੜੇ ਫੈਨ ਹੈਗੇ ਨੇ,
ਨਵ ਕਰਕੇ ਉਹ ਹਮੇਸ਼ਾ ਮੈਨੂੰ ਲੱਗਦਾ ਸਵਾਲ ਹੀ ਪੁੱਛਦਾ ਰਹਿੰਦਾ ਉਹਨਾਂ ਦਾ ਉਹਨੇ ਅਪਲਾਈ ਉਪਲਾਈ ਪਤਾ ਨਹੀਂ ਨਵ ਕਦੋਂ ਕਰਨਾ ਹੈ ਉਹ ਹਮੇਸ਼ਾ ਉਹ ਸਵਾਲ ਮਨ ਲੱਗਦਾ ਫਿਰ ਉਹ ਆਉਣ ਵਾਲੇ ਸਮੇਂ ਦਾ ਨਵਾਂ ਇੱਕ ਏਜੰਟ ਹੈ ਅੱਛਾ ਮੈਂ ਦੱਸਦਾ ਮੈਂ ਦੱਸਦਾ ਹੀ ਦੱਸਦਾ ਮੈਂ ਜਲੰਧਰ ਦੇ ਵਿੱਚ ਇੱਕ ਨਵੀਂ ਨਵੀਂ ਕੰਪਨੀ ਸ਼ੁਰੂ ਹੋਈ ਹੈ 2-2.5 ਸਾਲ ਤੋਂ ਜੀ ਚਲੋ ਕਿਤੇ ਮੌਕਾ ਮਿਲਿਆ ਇੱਕ ਮੀਟਿੰਗ 'ਚ ਉਹਨਾਂ ਨੂੰ ਮਿਲਣ ਦਾ ਕਹਿੰਦੇ ਸਰ ਮੈਂ ਤਕਰੀਬਨ ਪਿਛਲੇ 4 ਸਾਲ ਤੋਂ ਤੁਹਾਡੇ ਫੇਸਬੁੱਕ ਅਤੇ ਯੂਟਿਊਬ 'ਤੇ ਪ੍ਰੋਗਰਾਮ ਵੇਖ ਕੇ ਨਾ ਅੱਜ ਆਪਣੀ ਕੰਪਨੀ ਖੋਲ੍ਹ ਲਈ ਉਹ 2 ਸਾਲ ਤੋਂ ਹੁਣ ਆਪਣਾ ਜਲੰਧਰ 'ਚ ਇਮੀਗ੍ਰੇਸ਼ਨ ਦਾ ਕੰਮ ਕਰ ਰਿਹਾ ਚਲੋ ਇੱਕ ਛੋਟੇ ਲੈਵਲ 'ਤੇ ਕੰਮ ਕਰ ਰਿਹਾ ਸੋ ਮੈਂ ਮੈਨੂੰ ਬੜਾ ਆਪਣੇ 'ਤੇ ਮਾਣ ਫੀਲ ਹੁੰਦਾ ਕਿ ਯਾਰ ਜੇ ਕੋਈ ਬੰਦਾ ਮੇਰੇ ਪ੍ਰੋਗਰਾਮ ਪਿਛਲੇ 8-9 ਸਾਲ ਤੋਂ 2-3 ਸਾਲ ਤੋਂ ਵੇਖ ਰਿਹਾ ਉਹ ਵੇਖ ਵੇਖ ਕੇ ਨੌਲੇਜ ਇਕੱਠੀ ਕਰ ਗਿਆ ਅਗਰ ਅੱਜ ਖੁਦ ਤੋਂ ਬਿਜ਼ਨਸ ਵਿੱਚ ਆ ਗਿਆ ਤਾਂ ਬੜੀ ਅੱਛੀ ਗੱਲ ਹੈ ਮੈਂ ਚਾਹੁੰਦਾ ਕੋਈ ਵੀ ਨਵਾਂ ਬੰਦਾ ਇਸ ਇੰਡਸਟਰੀ 'ਚ ਹੋਣਾ ਚਾਹੇ ਜੀ ਆਇਆ ਆਵੇ ਮੋਸਟ ਵੈਲਕਮ ਬਟ ਕਿ ਚੰਗੀ ਸੋਚ ਲੈ ਕੇ ਇੱਕ ਐਥਿਕਸ ਲੈ ਕੇ ਪ੍ਰਿੰਸੀਪਲ ਲੈ ਕੇ ਕਿ ਅਸੀਂ ਬੱਚਿਆਂ ਦਾ ਭਵਿੱਖ ਬਣਾਉਣ ਲਈ ਆਏ ਹਾਂ ਬੱਚੇ ਦਾ ਭਵਿੱਖ ਬਣਾਓ ਵੀਜ਼ਾ ਲਵਾਓ ਪੈਸੇ ਲਓ ਬਟ ਚੀਟਿੰਗ ਨਾ ਕਰੋ ਵੀ ਇਹ ਕੇਸ ਹੋਣ ਦੇ ਚਾਂਸਸ ਨਹੀਂ ਗਏ ਪਤਾ ਤੁਹਾਨੂੰ ਬੱਚੇ ਦੇ 2 ਚੋਂ 5.5 2 ਚੋਂ 6 ਹੈ ਪਤਾ ਵੀ ਨਹੀਂ ਕੈਨੇਡਾ ਵੀਜ਼ਾ ਆਉਣਾ ਫਿਰ ਵੀ ਤੁਸੀਂ 10-20 ਹਜ਼ਾਰ ਦੇ ਲਾਲਚ ਨੂੰ ਕੇਸ ਇਕੱਠਾ ਕਰਦੇ ਹੋ ਇਦਾਂ ਦਾ ਬਚਨ ਉੜਾ ਪਹਿਲਾਂ ਮੈਂ ਹਾਂ ਬਿਲਕੁਲ ਜੀ ਯੂਕੇ ਦੇ ਜਿਵੇਂ ਮਈ ਦੇ ਦਾਖਲੇ ਖੁੱਲ੍ਹੇ ਨੇ ਬਹੁਤ ਸਾਰੀ ਯੂਨੀਵਰਸਿਟੀਆਂ ਓਪਨ ਹੋ ਚੁੱਕੀਆਂ ਨੇ 25 ਮਾਰਚ ਤੋਂ ਬਾਅਦ ਆਫਰਸ ਹੋਣੀਆਂ ਸ਼ੁਰੂ ਹੋ ਜਾਣੀਆਂ ਨੇ 12ਵੀਂ 'ਚੋਂ ਨੰਬਰ 60% ਹੈ 12ਵੀਂ 2018-2019 'ਚ ਕੀਤੀ ਹੈ ਮਈ ਇਨਟੇਕ ਦੀਆਂ ਕੁਛ ਯੂਨੀਵਰਸਿਟੀ ਓਪਨ ਹੈ ਜ਼ਿਆਦਾਤਰ ਸਪਤੰਬਰ ਬੈਚ ਅਵੇਲੇਬਲ ਹੈ ਤੁਸੀਂ +2 ਤੋਂ ਵਿੱਚ ਨੰਬਰ 60% ਹੈ ਇੰਗਲਿਸ਼ ਵਿੱਚੋਂ ਔਰ ਗ੍ਰੈਜੂਏਸ਼ਨ ਕੀਤੀ ਹੈ 2015-2016 2017-2018 ਵਿੱਚ ਨੰਬਰ ਤੁਹਾਡੇ 55% ਤੋਂ ਉੱਪਰ ਨੇ ਗ੍ਰੈਜੂਏਸ਼ਨ 'ਚੋਂ ਵਿਦਆਊਟ ਐਲਸ ਯੂਕੇ ਜਾ ਸਕਦੇ ਹੋ ਸਪਤੰਬਰ ਇਨਟੇਕ ਵੀ ਓਪਨ ਹੈ ਮਈ ਵੀ ਓਪਨ ਹੈ £3,000 ਤੱਕ ਦੀ ਸਕਾਲਰਸ਼ਿਪ ਦੇ ਰਹੇ ਹਾਂ ਕੁਛ ਕੁ ਯੂਨੀਵਰਸਿਟੀਆਂ 'ਚ 5.5 ਬੈਂਡ ਤੁਹਾਡੇ ਓਵਰਆਲ ਨੇ 5 ਈਚ ਹੈ ਤਾਂ ਵੀ ਪ੍ਰੀ ਮਾਸਟਰਸ ਕੋਰਸ ਲਗਾ ਕੇ 1 ਸਾਲ ਦਾ ਪ੍ਰੀ 3 ਸਾਲ ਦਾ 3 ਮਹੀਨੇ ਦਾ ਪ੍ਰੀ ਮਾਸਟਰ 1 ਸਾਲ ਦਾ ਮਾਸਟਰ ਕੋਰਸ ਲੈ ਕੇ 1.25 ਸਾਲ ਦਾ 1.5 ਸਾਲ ਦਾ ਵੀਜ਼ਾ ਲਿਆ ਜਾ ਸਕਦਾ ਉਹ ਸਪਾਊਸ ਨਾਲ ਜਾਏਗਾ ਬੱਚਾ ਨਾਲ ਜਾਏਗਾ ਜਿਹੜਾ ਸਟੂਡੈਂਟ ਮਾਸਟਰਸ ਕੋਰਸ ਚੱਲਿਆ ਜੀ ਸਵਾਲ ਕਈ ਨੇ ਸਮਾਂ ਥੋੜਾ ਜੀ ਬਟ ਲਾਈਵ ਪ੍ਰੋਗਰਾਮ ਦੇ ਵਿੱਚ ਡਾਇਰੈਕਟ ਫੋਨ ਕਰਕੇ ਤੁਸੀਂ ਜਿੱਥੇ ਸਵਾਲ ਸਾਂਝੇ ਕਰਦੇ ਉੱਥੇ ਫੇਸਬੁੱਕ ਦੇ ਜ਼ਰੀਏ ਵੀ ਆਪਣਾ ਸਵਾਲ ਸਾਂਝਾ ਕਰ ਸਕਦੇ ਹੋ ਤੇ ਜਗਜੀਤ ਨੇ ਸਵਾਲ ਜੀ ਬਾਤ ਕਰਦਾ ਪਿਛਲੇ ਤੋਂ ਲਗਭਗ 5-6 ਹਫ਼ਤੇ ਪਹਿਲਾਂ ਲਾਈਵ ਸੈਸ਼ਨ ਸ਼ੋਅ 'ਚ ਬੱਚੇ ਨੇ ਸਾਈਪ੍ਰਸ ਬਾਰੇ ਸਵਾਲ ਪੁੱਛਿਆ ਸੀ ਤੁਹਾਨੂੰ ਯਾਦ ਹੋਏਗਾ ਉਹ ਬੱਚਾ ਨੈਕਸਟ ਡੇ ਵੀਰਵਾਰ ਆਪਾਂ ਲਾਈਵ ਸ਼ੋਅ ਕੀਤਾ ਸ਼ੁੱਕਰਵਾਰ 11 ਵਜੇ ਪੇਪਰ ਲੈ ਕੇ ਦਫ਼ਤਰ ਪਹੁੰਚ ਗਿਆ ਉਹ ਕੇਸ ਵੀ ਅਪਲਾਈ ਕਰਤਾ ਉਹਨੇ ਆਈ ਥਿੰਕ ਉਹਦਾ ਹੁਣ ਵੀਜ਼ਾ ਉਹਨੂੰ ਤਿਆਰ ਹੋਣਾ ਸੋ ਇਸੇ ਤਰ੍ਹਾਂ ਸਿੰਗਾਪੁਰ ਬਾਰੇ ਬਹੁਤ ਘੱਟ ਲੋਕ ਸਵਾਲ ਪੁੱਛਦੇ ਨੇ ਬਟ ਫਿਰ ਵੀ ਦੱਸ ਦਿਆਂ ਅਗਰ ਤੁਹਾਡੀ ਇੰਟੈਂਸ਼ਨ ਪੜ੍ਹਾਈ ਕਰਕੇ ਸਿੰਗਾਪੁਰ 'ਚ ਵਰਕ ਪਰਮਿਟ ਲੈਣ ਦੀ ਹੈ ਜਾਂ ਉੱਥੇ ਸੈਟਲ ਹੋਣ ਦੀ ਹੈ ਤਾਂ ਸਿੰਗਾਪੁਰ ਇਜ਼ ਰਾਈਟ ਕਾਈਂਡ ਆਫ ਆਪਸ਼ਨ ਤੁਸੀਂ 10ਵੀਂ ਪੜ੍ਹਿਓ ਨੰਬਰ ਚਾਹੇ 45% ਹੈ ਤੁਸੀਂ 12ਵੀਂ ਪੜ੍ਹਿਓ ਪੜ੍ਹਾਈ 'ਚ ਚਾਹੇ 5-10 ਸਾਲ ਦਾ ਗੈਪ ਹੈ ਨਹੀਂ ਆਲਸ ਕੀਤੀ ਨਹੀਂ ਪੁਰਾਣੇ ਫੰਡ ਹੈਗੇ ਸਿੰਗਾਪੁਰ ਪੜ੍ਹਨ ਦਾ ਮੌਕਾ ਦਿੰਦਾ ਤੁਹਾਨੂੰ ਆਪਣੇ ਮੁਲਕ ਵਿੱਚ ਡਿਪਲੋਮਾ ਇਨ ਹੋਸਪਿਟੈਲਿਟੀ ਮੈਨੇਜਮੈਂਟ ਟੂਰਿਜ਼ਮ ਮੈਨੇਜਮੈਂਟ ਬਿਜ਼ਨਸ ਮੈਨੇਜਮੈਂਟ ਪ੍ਰੋਜੈਕਟ ਮੈਨੇਜਮੈਂਟ ਇੱਦਾਂ ਦੇ ਕੋਈ ਏਅਰਲਾਈਨ ਮੈਨੇਜਮੈਂਟ ਇੱਦਾਂ ਦੇ ਕੋਰਸਿਸ ਕਰਕੇ ਤੁਸੀਂ ਫਰਦਰ ਜਾਂ ਤਾਂ ਆਪਣੇ ਯੂਕੇ ਕੈਨੇਡਾ ਆਸਟ੍ਰੇਲੀਆ ਇਹਨਾਂ ਮੁਲਕਾਂ 'ਚੋਂ ਮਾਈਗ੍ਰੇਸ਼ਨ ਲੈ ਸਕਦੇ ਹੋ ਅਗਰ ਤੁਸੀਂ ਉਹਨਾਂ ਮੁਲਕਾਂ ਦੀਆਂ ਸ਼ਰਤਾਂ ਪੂਰੀਆਂ ਕਰਦੇ ਹੋ ਸ਼ਰਤਾਂ ਕੀ ਨੇ ਦਫ਼ਤਰ 'ਚ ਆ ਕੇ ਪ੍ਰੋਪਰ ਡਿਟੇਲ 'ਚ ਲਿਖਤ ਕਾਉਂਸਲਿੰਗ ਲਓ ਉਸ ਤੋਂ ਬਾਅਦ ਆਪਣੇ ਮਨ ਨਾਲ ਵਿਚਾਰ ਕਰਕੇ ਸਾਂਝਾ ਕਰਕੇ ਅਪਲਾਈ ਕਰੋ ਅਗਰ ਨਹੀਂ ਵੀ ਮਾਈਗ੍ਰੇਸ਼ਨ ਲੈਣੀ ਸਿੰਗਾਪੁਰ ਵਿੱਚ ਹੀ 1 ਸਾਲ ਡਿਪਲੋਮਾ ਕਰ ਦਿਓ ਅਗਲੇ ਸਾਲ ਐਡਵਾਂਸ ਡਿਪਲੋਮਾ ਕਰ ਦਿਓ ਐਸ ਪਾਸ ਲਿਆ ਜਾ ਸਕਦਾ 2 ਸਾਲ ਦਾ ਜੇ ਕੋਈ ਸਟੂਡੈਂਟ ਗ੍ਰੈਜੂਏਟ ਹੈ ਇੰਡੀਆ ਵਿੱਚ ਉਹ ਡਾਇਰੈਕਟਲੀ ਅਗਰ ਐਡਵਾਂਸ ਡਿਪਲੋਮੇ ਲਈ ਪੜ੍ਹਨ ਜਾਂਦਾ ਜਾਂ ਪੀਜੀ ਡਿਪਲੋਮੇ ਲਈ ਪੜ੍ਹਨ ਜਾਂਦਾ 1 ਸਾਲ ਦੀ ਪੜ੍ਹਾਈ ਤੋਂ ਬਾਅਦ ਹੀ ਸਿੱਧਾ 2 ਸਾਲ ਦਾ ਵਰਕ ਪਰਮਿਟ ਲਿਆ ਜਾ ਸਕਦਾ ਅੱਜ ਤਕਰੀਬਨ ਇਹੋ ਜਿਹੇ ਮੈਂ ਤੁਹਾਨੂੰ 5-7 ਕੁੜੀਆਂ ਦੇ ਨਾਮ ਮੇਰੇ ਮੂੰਹ 'ਚ ਯਾਦ ਆ ਕਮਲਜੀਤ ਕੌਰ ਇੱਕ ਪ੍ਰਤਿਭਾ ਇੱਕ ਰਿਤੂ ਇਹ 3 ਲੜਕੀਆਂ ਨਾਮ ਯਾਦ ਆ ਜੋ ਇਕੱਠੀਆਂ ਮੇਰੇ ਤੋਂ ਗਈਆਂ ਸੀ ਅੱਜ 2-2 ਸਾਲ ਤੋਂ ਬਾਅਦ ਪੜ੍ਹਾਈ ਕਰਨ ਤੋਂ ਬਾਅਦ ਉੱਥੇ ਐਸ ਪਾਸ 'ਤੇ ਬੈਠੀਆਂ ਨੇ ਕਿਸੇ ਦੀ ਸੈਲਰੀ $3,200 ਕਿਸੇ ਦੀ $3,500 ਕਿਸੇ ਦੀ $2,800 ਤੋ ਜਿਹੜੀ ਕੁੜੀ 2 ਸਾਲ ਪੜ੍ਹ ਕੇ 1.5-2 ਲੱਖ ਰੁਪਏ ਸਿੰਗਾਪੁਰ 'ਚ ਕਮਾ ਰਹੀ ਹੈ ਜਿਹੜੀ ਇੱਥੇ 15,000 ਤਨਖਾਹ ਨਹੀਂ ਲੈ ਪਾ ਰਹੀ ਸੀ ਬੈਟਰ ਆਪਸ਼ਨ ਹੈ ਸੋ ਸਾਰੇ ਪੈਸੇ ਦੇਣੇ ਵੀਜ਼ਾ ਲੱਗਣ ਤੋਂ ਬਾਅਦ ਸਿੰਗਾਪੁਰ ਪੜ੍ਹਨਾ ਚਾਹੁੰਦੇ ਹੋ ਤਾਂ ਵੀ ਸਾਡੇ ਦਫ਼ਤਰਾਂ ਨਾਲ ਸੰਪਰਕ ਕੀਤਾ ਜਾ ਸਕਦਾ ਫਿਲਹਾਲ ਜੀ ਲਾਈਵ ਪ੍ਰੋਗਰਾਮ ਚੰਚਾਵਾ ਪਰਦੇਸ ਦੇ ਵਿੱਚ ਮਿਸਟਰ ਸੁਖਚੈਨ ਸਿੰਘ ਰਾਹੀ ਸਾਡੇ ਨਾਲ ਆਰਐਸ ਗਲੋਬਲ ਕੰਸਲਟੈਂਸੀ ਤੋਂ ਇਹਨਾਂ ਦਾ ਫੇਸਬੁੱਕ ਪੇਜ ਹੀ ਤੇ ਨਾਲ ਹੀ ਯੂਟਿਊਬ ਚੈਨਲ ਸਬਸਕ੍ਰਾਈਬ ਕਰਨਾ ਬਿਲਕੁਲ ਨਹੀਂ ਭੁੱਲਣਾ ਹੈਗਾ ਤੇ ਬਿਨਾਂ ਆਈਐਲਟੀਐਸ ਯੂਕੇ ਦੇ ਬਾਰੇ ਇਨਫੋਰਮੇਸ਼ਨ ਪਰਿਵਾਰ ਪੂਰਾ ਜਾ ਸਕਦਾ ਜਿਨ੍ਹਾਂ ਦੇ ਬੱਚੇ ਹੈਗੇ ਨੇ ਜਿਹੜਾ ਸਟੂਡੈਂਟ ਗ੍ਰੈਜੂਏਟ ਹੈ ਮਾਸਟਰਸ ਕਰਨ ਚੱਲਿਆ ਉਹ ਪਰਿਵਾਰ ਪੂਰਾ ਜਾਨ ਕੇ ਉਹਦਾ ਸਪਾਊਸ ਤੇ ਬੱਚੇ ਨਾਲ ਜਾ ਸਕਦੇ ਆ ਨਾ ਦੇਣੇ ਵੀ ਦੱਸਦੇ ਆ ਹੁਣ ਬਹੁਤ ਸਾਰੇ ਬੱਚਿਆਂ ਦੇ ਐਗਜ਼ਾਮ ਚੱਲ ਰਹੇ ਨੇ +2 ਦੇ ਜਾਂ ਗ੍ਰੈਜੂਏਸ਼ਨ ਦੇ ਆਰਐਸ ਗਲੋਬਲ ਸਕੂਲ ਆਫ ਲੈਂਗੁਏਜਸ ਸਾਡੀ ਬੜੀ ਵੱਡੀ ਪੱਧਰ ਤੇ ਕਿਹੋ ਜੀ ਅਕੈਡਮੀ ਜਲੰਧਰ ਦੇ ਵਿੱਚ ਤੇ ਨਵਾਂ ਸ਼ਹਿਰ ਦੇ ਵਿੱਚ ਅਗਰ ਤੁਸੀਂ ਆਪਣੇ ਮਨ ਚਾਹੇ ਬੈਂਡਸ ਹਾਸਲ ਕਰਨਾ ਚਾਹੁੰਦੇ ਹੋ ਤੁਸੀਂ ਬਾਰ ਬਾਰ ਆਇਲਸ ਕਰ ਰਹੇ ਹੋ ਤੁਹਾਡੇ 5.5 ਤੋਂ ਉੱਪਰ ਨਹੀਂ ਆ ਰਹੇ ਜਾਂ 5 ਤੋਂ ਉੱਪਰ ਨਹੀਂ ਆ ਰਹੇ ਜਾਂ 6 ਈ ਚਾਹੀਦੇ ਨੇ ਈਚ ਨਹੀਂ ਆ ਰਹੇ ਮੇਰੇ ਐਕਸਪਰਟ ਟ੍ਰੇਨਰ ਤੁਹਾਡੀ ਮਦਦ ਕਰਨਗੇ ਤੁਹਾਡੇ ਮਨ ਚਾਹੇ ਬੈਂਡਸ ਲੈਣ ਵਿੱਚ ਅਗਰ ਤੁਸੀਂ ਕੈਨੇਡਾ ਦੀ PR ਅਪਲਾਈ ਕਰਨਾ ਚਾਹੁੰਦੇ ਹੋ ਜਾਂ ਆਸਟ੍ਰੇਲੀਆ ਦੀ PR ਅਪਲਾਈ ਕਰਨਾ ਚਾਹੁੰਦੇ ਹੋ ਤੁਹਾਡੇ 7 ਬੈਂਡਸ ਦੀ ਰਿਕੁਆਇਰਮੈਂਟ ਹੈ ਉਹ ਪੂਰੀ ਨਹੀਂ ਹੋ ਪਾ ਰਹੀ
ਤਾਂ ਵੀ ਸਾਡੇ ਕੋਲ ਇਹੋ ਜਿਹੇ ਐਕਸਪਰਟ ਟ੍ਰੇਨਰਸ ਨੇ ਜੋ ਕੇਵਲ ਪੀਆਰ ਵਾਲੇ ਐਪਲੀਕੈਂਟਸ ਨੂੰ ਵੱਖਰੀਆਂ ਕਲਾਸ ਲਗਾ ਕੇ ਤੁਹਾਡਾ 8 ਬੈਂਡਸ ਦਾ ਜਾਂ 7 ਬੈਂਡਸ ਦਾ ਜਿਹੜਾ ਟੀਚਾ ਹੈ ਜਾਂ ਜਿਹੜਾ ਓਬਜੈਕਟਿਵ ਆ ਪੂਰਾ ਕਰਵਾਇਆ ਜਾ ਸਕਦਾ। ਲੜਕੀਆਂ ਨੂੰ ਦੋਵਾਂ ਨੂੰ ਪੀਜੀ ਦੀ ਫੈਸਿਲਿਟੀ ਵੀ ਹੈ, ਹੋਸਟਲ ਦੀ ਫੈਸਿਲਿਟੀ ਵੀ ਹੈ। ਉਸ ਤੋਂ ਬਾਅਦ ਜਿਹੜਾ ਬੱਚਾ ਦੂਰੋਂ ਆ ਰਿਹਾ ਨਾ, ਉਹਨੂੰ ਅਸੀਂ ਡਬਲ ਡਬਲ ਬੈਚ ਲਵਾਉਂਦੇ ਹਾਂ ਔਰ ਉਹਦੇ ਕੋਲ ਫੀਸ ਚਾਰਜ ਕਰਦੇ ਸਿੰਗਲ ਦੀ, ਔਰ ਜਿਹੜੀ ਫੀਸ ਅਸੀਂ ਲੈਂਦੇ ਵੀ ਹਾਂ ਉਹ ਬਾਕੀ ਸਾਰੇ ਹੈਲਥ ਸੈਂਟਰ ਨਾਲੋਂ ਲਗਭਗ 50% ਅੱਧੀ ਹੈ, ਔਰ ਜਿਹੜੀ ਅੱਧੀ ਫੀਸ ਲੈਂਦੇ ਵੀ ਹਾਂ ਉਹ ਵੀ ਅਸੀਂ ਜਦੋਂ ਅਸੀਂ ਆਪਦਾ ਵੀਜ਼ਾ ਲਵਾਉਂਦੇ ਹਾਂ ਬੱਚੇ ਨੂੰ ਫੀਸ ਰੀਇੰਬਰਸ ਕਰਕੇ ਮਾਫ਼ ਕਰ ਦਿੰਦੇ ਹਾਂ। ਹੈਲੋ, ਸਤਿ ਸ਼੍ਰੀ ਅਕਾਲ ਜੀ, ਸਵਾਲ ਦੱਸੋ ਆਪਣਾ। ਕਦੋਂ ਕਦੋਂ ਬਾਇਓਮੈਟ੍ਰਿਕ ਹੋਈ ਸੀ? 17 ਫਰਵਰੀ 17 ਓਕੇ। ਤੁਹਾਡਾ ਕਾਲਜ ਕਿਹੜਾ ਜੀ? ਸੀਟੀਆਈ ਕਾਲਜ ਹੈ ਸਰ, ਅਰਲੀ ਪੀਰੀਅਡ ਐਜੂਕੇਸ਼ਨ ਦਾ ਕੋਰਸ ਆ ਮੇਰਾ। ਕੋਈ ਨਹੀਂ, ਇੱਕ ਦੋ ਦਿਨ ਚ ਰਿਜ਼ਲਟ ਆਏਗਾ। ਕਦੋਂ ਦਾ ਕੋਰਸ ਸ਼ੁਰੂ ਤੁਹਾਡਾ? ਸਰ 26 ਮਾਰਚ ਤੋਂ। ਕੋਈ ਉਸ ਤੋਂ ਪਹਿਲਾਂ ਪਹਿਲਾਂ ਰਿਜ਼ਲਟ ਤੁਹਾਡਾ ਆ ਜਾਏਗਾ। ਇਨ ਕੇਸ ਰਿਜ਼ਲਟ ਨਹੀਂ ਵੀ ਆਉਂਦਾ ਤਾਂ ਤੁਸੀਂ ਨਵੀਂ ਲੈਟਰ ਲੈ ਕੇ ਸੀਡੀਏ ਕਾਲਜ ਤੋਂ ਡੈਫਰ ਭੇਜ ਸਕਦੇ ਹੋ ਐਮਬੈਸੀ ਨੂੰ, ਪਰ ਮੇਰੇ ਮੁਤਾਬਕ ਨੈਕਸਟ ਵੀਕ ਤੱਕ ਰਿਜ਼ਲਟ ਆਉਣਾ ਚਾਹੀਦਾ। ਆਇਲਸ ਦੇ ਸਕੋਰ ਕੀ ਤੁਹਾਡੇ? ਮੁਲਾਕਾਤ ਕਰਦੇ ਹਾਂ। ਥੈਂਕ ਯੂ ਸੋ ਮਚ ਜੀ।